साहिब जी। धन धन साहिब श्री गुरु ग्रंथ साहिब जीओ महाराज। नारायण नरपत नमस्कार। ऐसे गुर कौ बल बल जाइए, आप मुक्त मोह तारे। कवन 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 गुण कहिए, अंत नहीं किस पार। लाख 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 कई कोरे, को है ऐसो विचार। विषम 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 ही पई है, लाल गुलाल रंगारे। कहो नानक संत रस आई है, यूं चाख गुंगा मुस्कार। तेरा रूप अगम है, अनूप तेरा दर्शारा। तेरा संसारा।
तेरा रूप अगम है अरूप तेरा दरसारा कुर्बानी तेरा सेवक जिन हर नाम प्यारा सबे इच्छा पूरा पाया ਗੁਰੂ ਪਿਆਰੇ ਸਤਸੰਗਤ ਜੀਓ ਆਓ ਸਭ ਮਾਈ ਭਾਈ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਜੋ ਕਿ ਇਹ ਸਾਰੇ ਇਲਾਕੇ ਵੱਲੋਂ ਇਸ ਸਥਾਨ 'ਤੇ ਸਲਾਨਾ ਗੁਰਮਤਿ ਸਮਾਗਮ ਮਨਾਏ ਜਾਂਦੇ ਹਨ ਇਹਨਾਂ ਸਮਾਗਮ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪਿਆਰ ਅਤੇ ਸ਼ਰਧਾ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਇਸ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਅਤੇ ਸਕੂਲਾਂ ਦੀ ਸੇਵਾ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਬਚਨ ਸਿੰਘ ਜੀ ਉਹਨਾਂ ਵੱਲੋਂ ਕਰਾਈ ਜਾ ਰਹੀ ਹੈ ਉਹਨਾਂ ਵੱਲੋਂ ਲਾਈਆਂ ਹੋਈਆਂ ਡਿਊਟੀਆਂ ਜਥੇਦਾਰ ਬਾਬਾ ਗੁਰਜੰਟ ਸਿੰਘ ਜੀ ਇਸ ਸਥਾਨ 'ਤੇ ਬਾਬਾ ਲੱਖਾ ਸਿੰਘ ਜੀ ਬਾਬਾ ਸਾਹਿਬ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਰਦਾ ਓਟ ਆਸਰਾ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਿਭਾ ਰਹੇ ਹਨ ਸੇਵਾ ਕਰਾ ਰਹੇ ਹਨ ਬਹੁਤ ਹੀ ਸਤਿਕਾਰ ਜੋ ਸੰਤ ਬਾਬਾ ਕਾਲਾ ਸਿੰਘ ਜੀ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੜਿਆਲਾ ਘਾਟ ਪਾਵਨ ਸਥਾਨ ਦੀ ਡਿਊਟੀ ਮਹਾਂਪੁਰਸ਼ਾਂ ਦੇ ਰਾਹੀਂ ਸੰਭਾਲੀ ਹੈ ਉਹ ਵੀ ਚੇਚੇ ਤੌਰ 'ਤੇ ਇਹਨਾਂ ਸਮਾਗਮਾਂ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਅਤੇ ਕਰ ਰਹੇ ਹਨ ਅੱਜ ਸਵੇਰ ਤੋਂ ਆਪ ਜੀ ਕਈ ਜਥਿਆਂ ਪਾਸੋਂ ਗੁਰੂ ਪਰਮੇਸ਼ਰ ਦੀ ਸਿਫ ਸਲਾਹ ਗੁਰਮਤਿ ਵਿਚਾਰਾਂ ਨਾਮ ਦੀ ਮਹਿਮਾ ਸਰਵਣ ਕੀਤੀ ਹੈ ਹੁਣੇ ਹੁਣੇ ਪੰਥ ਪ੍ਰਸਿੱਧ ਕਵੀਸ਼ਰ ਜਥਾ ਸਤਿਕਾਰਯੋਗ ਭਾਈ ਗੁਰਮੇਸ਼ ਸਿੰਘ ਜੀ ਜੌਲ ਉਹਨਾਂ ਵੱਲੋਂ ਆਪ ਜੀਆਂ ਨੇ ਗੁਰ ਇਤਿਹਾਸ ਪਿਆਰ ਨਾਲ ਸਰਵਣ ਕੀਤਾ ਜਿਸ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਦੇ ਯੋਧੇ ਸੂਰਮੇ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਕਿਤੇ ਅਨੰਦਪੁਰ ਸਾਹਿਬ ਹਾਥੀ ਨਾਲ ਯੁੱਧ ਕੀਤਾ ਸੀ ਕਈ ਜੰਗ ਲੜੇ ਨੇ ਅਤੇ ਨਿਹੰਗ ਖਾਨ ਕੋਟਲੇ ਇੱਥੇ ਉਹਨਾਂ ਨੇ ਆਪਣੇ ਸਰੀਰ ਦਾ ਤਿਆਗ ਕੀਤਾ ਬੀਬੀ ਮਮਤਾਜ ਜੋ ਨਿਹੰਗ ਖਾਨ ਦੀ ਬੇਟੀ ਹੈ ਅਤੇ ਨਿਹੰਗ ਖਾਨ ਨੇ ਕਿਹਾ ਸੀ ਕਿ ਇਸ ਕਮਰੇ ਵਿੱਚ ਮੇਰਾ ਦਮਾਦ ਹੈ ਅਤੇ ਧੀ ਹੈ ਉੱਥੇ ਸਨ ਭਾਈ ਬਚਿੱਤਰ ਸਿੰਘ ਜੀ ਅਤੇ ਬੀਬੀ ਮਮਤਾਜ ਅਤੇ ਬੀਬੀ ਮਮਤਾਜ ਨੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਈ ਕਿ ਮੇਰੇ ਪਤੀ ਸਤਿਗੁਰੂ ਦੇ ਪਿਆਰੇ ਸਿੰਘ ਭਾਈ ਬਚਿੱਤਰ ਸਿੰਘ ਹੀ ਹਨ ਅਤੇ ਉਹ ਚੜ੍ਹਾਈ ਕਰ ਗਏ ਨੇ ਸਾਰੀ ਜ਼ਿੰਦਗੀ ਉਹਨਾਂ ਨੇ ਭਗਤੀ ਕੀਤੀ ਹੈ ਬੀਬੀ ਮਮਤਾਜ ਦੀ ਯਾਦ ਵਿੱਚ ਉਸ ਇਲਾਕੇ ਵਿੱਚ ਬਾਹਰਲੇ ਪਾਸੇ ਜਿੱਥੇ ਛੋਟੇ ਛੋਟੇ ਪਹਾੜ ਨੇ
ਉੱਥੇ ਵੀ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ। ਸੋ ਦਾਸ ਜਦ ਇਤਿਹਾਸ ਪੜ੍ਹਦਾ, ਸਰਵਣ ਕਰਦਾ ਅਤੇ ਸਤਿਗੁਰੂ ਦਾ ਬਚਨ ਸਾਹਮਣੇ ਆਉਂਦਾ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰ ਦੀ ਬਾਣੀ ਦਾ ਫਰਮਾਨ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸਤਮੁਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਾਨਿਆਏ। ਸਤਿਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਨੇ 14 ਧਰਮ ਯੁੱਧ ਕੀਤੇ ਨੇ, ਇੱਕ ਇੰਚ ਜਗ੍ਹਾ 'ਤੇ ਕਬਜ਼ਾ ਨਹੀਂ ਕੀਤਾ, ਪਹਿਲਾਂ ਕਿਸੇ 'ਤੇ ਵਾਰ ਨਹੀਂ ਕੀਤਾ ਅਤੇ ਆਏ ਨੂੰ ਜਵਾਬ ਦਿੱਤਾ। ਆਪ ਜੀ ਦੀ ਲੜਾਈ ਕਿਸੇ ਮਜ਼ਹਬ ਨਾਲ, ਕਿਸੇ ਧਰਮ ਨਾਲ, ਕਿਸੇ ਸੰਪਰਦਾ ਨਾਲ ਨਹੀਂ ਸੀ। ਆਪ ਜੀ ਨੇ ਯੁੱਧ ਕੀਤੇ ਨੇ ਧਰਮ ਯੁੱਧ 'ਤੇ, ਜ਼ੁਲਮ ਦਾ ਟਾਕਰਾ ਕੀਤਾ। ਜਿਵੇਂ ਬਨਸਪਤੀ ਦੀ ਅੱਗ ਜਿਹੜੀ ਹੈ, ਇਹਦੇ ਉੱਤੇ ਪਾਣੀ ਪਾ ਦਿਉ ਅਤੇ ਇਹ ਬਾਹਰਲੀ ਅੱਗ ਜਿਹੜੀ ਹੈ ਠੰਡੀ ਹੋ ਜਾਂਦੀ ਹੈ। ਬਾਹਰਲੀ ਅੱਗ ਲੱਕੜਾਂ ਦੀ, ਬਨਸਪਤੀ ਦੀ, ਪਾਣੀ ਨਾਲ ਸ਼ਾਂਤ ਹੋ ਜਾਂਦੀ ਹੈ, ਪਾਣੀ ਨਾਲ ਬੁੱਝ ਜਾਂਦੀ ਹੈ। ਇੱਕ ਅੱਗ ਸਾਡੇ ਅੰਦਰ ਹੈ, ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਦ ਰਚਾਇਆ। ਜਿੱਥੇ ਸਾਡੇ ਸਰੀਰ ਦੇ ਅੰਦਰ ਜਠ ਅਗਨਾ ਹੈ, ਉੱਥੇ ਮਾਇਆ ਦੀ ਅੱਗ ਵਿੱਚ ਵੀ ਇਹ ਜੀਵ ਸੜ ਰਿਹਾ ਅਤੇ ਕਿਤੇ ਤ੍ਰਿਸ਼ਨਾ ਦੀਆਂ ਲਾਟਾਂ ਹਨ। ਅਤੇ ਇਹ ਜਿਹੜੀ ਅੰਦਰਲੀ ਅੱਗ ਹੈ, ਇਹ ਪਾਣੀ ਨਾਲ ਨਹੀਂ ਬੁੱਝਦੀ, ਇਹ ਸ਼ਾਂਤ ਹੁੰਦੀ ਹੈ ਪਰਮੇਸ਼ੁਰ ਦੇ ਨਾਮ ਨਾਲ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਨਾਮ ਤੋਂ ਬਗੈਰ ਸ਼ਾਂਤੀ ਨਹੀਂ। ਅਤੇ ਜਿਸ ਹਿਰਦੇ ਵਿੱਚ ਨਾਮ ਆ ਗਿਆ, ਉੱਥੇ ਸ਼ਾਂਤੀ ਹੈ, ਉੱਥੇ ਚਾਹੇ ਮਾਇਆ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਇਹ ਸਾਰੀਆਂ ਖਤਮ ਹੋ ਜਾਂਦੀਆਂ। ਇੱਕ ਜ਼ੁਲਮ ਦੀ ਅੱਗ ਹੈ, ਅਤੇ ਜਿਹੜੀ ਜ਼ੁਲਮ ਦੀ ਅੱਗ ਹੈ ਨਾ, ਜਿਹੜੇ ਨਾਮ ਰੱਤੇ ਨੇ, ਇਹ ਉਹਨਾਂ ਦੇ ਖੂਨ ਨਾਲ ਬੁੱਝਦੀ ਹੈ ਜ਼ੁਲਮ ਦੀ ਅੱਗ। ਜਦੋਂ ਔਰੰਗਜ਼ੇਬ ਦਾ ਜ਼ੁਲਮ ਹੱਦਾਂ ਪਾਰ ਕਰ ਰਿਹਾ ਸੀ, ਕਿਤੇ ਸਵਾ ਸਵਾ ਮਣ ਜਨੇਊ ਲਹਿ ਰਿਹਾ ਸੀ, ਅਤੇ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦਿੱਤੀ ਹੈ। ਇਤਿਹਾਸ ਦੱਸਦਾ ਕਿ ਜਿਸ ਵੇਲੇ ਤੋਂ ਹੀ ਇਹ ਚਿੱਠੀ ਔਰੰਗਜ਼ੇਬ ਕੋਲ ਪਹੁੰਚ ਗਈ ਸੀ, ਕਸ਼ਮੀਰ ਦੇ ਗਵਰਨਰ ਰਾਹੀਂ ਇਹਨਾਂ ਪੰਡਤਾਂ ਦੀ, ਕਿ ਸਾਡੇ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਹਨ, ਜੇ ਤੁਸੀਂ ਉਹਨਾਂ ਨੂੰ ਸ਼ਰ੍ਹਾਂ ਵਿੱਚ ਲੈ ਆਓ ਤਾਂ ਅਸੀਂ ਆਪਣੇ ਆਪ ਆ ਜਾਵਾਂਗੇ। ਉਸੇ ਦਿਨ ਤੋਂ ਉਹਨੇ ਸਭ ਕੁਛ ਬੰਦ ਕਰ ਦਿੱਤਾ ਅਤੇ ਸਾਰਾ ਧਿਆਨ ਨੌਵੇਂ ਸਤਿਗੁਰ 'ਤੇ ਹੋ ਗਿਆ। ਅਤੇ ਮੇਰੇ ਨੌਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਜ਼ੁਲਮ ਦੀ ਅੱਗ ਨੂੰ ਬੁਝਾਉਣ ਵਾਸਤੇ ਆਪਣਾ ਸੀਸ ਦਿੱਤਾ। ਦੁਨੀਆਂ ਦੇ ਅੰਦਰ ਬੜੇ ਬੜੇ ਦਾਨੀ ਹੋਏ ਨੇ, ਕਿਸੇ ਨੇ ਵਸਤਰ ਦਾਨ ਕੀਤੇ, ਕਿਸੇ ਨੇ ਅੰਨ ਦਾਨ ਕੀਤਾ, ਕਿਸੇ ਨੇ ਧਨ ਦਾਨ ਕੀਤਾ, ਸੋਨਾ ਚਾਂਦੀ ਦਾਨ ਕੀਤਾ, ਹੀਰੇ ਲਾਲ ਦਾਨ ਕੀਤੇ ਨੇ, ਕਿਸੇ ਨੇ ਰਾਜ ਭਾਗ ਵੀ ਦਾਨ ਕੀਤਾ। ਪਰ ਪਿਆਰਿਓ, ਸਰਬੰਸ ਦਾਨ ਅਤੇ ਪੁੱਤਰਾਂ ਦੇ ਦਾਨੀ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਏ ਹੋ, ਸੰਸਾਰ 'ਤੇ ਕੋਈ ਨਹੀਂ ਹੋਇਆ। ਸਤਿਗੁਰੂ ਸਭ ਦੇ ਸਾਂਝੇ ਨੇ, ਚਾਹੇ ਕੋਈ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਸਿੱਖ ਨੇ, ਈਸਾਈ ਨੇ, ਜੈਨੀ ਨੇ, ਬੋਧੀ ਨੇ, ਇੱਥੇ ਸਭ ਦੇ ਭਲੇ ਦੀ ਅਰਦਾਸ ਹੁੰਦੀ ਹੈ। ਅਤੇ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਨਾ ਪਿਆਰੇ, ਉਹ ਗੁਰੂ ਦੀ ਸ਼ਰਨ ਵਿੱਚ ਆਏ ਨੇ। ਧਿਆਨ ਦੇਣਾ, ਜਦ ਅਸੀਂ ਦਸਮ ਪਾਤਸ਼ਾਹ ਦੇ ਦਰਸ਼ਨ ਕਰਨੇ ਹਾਂ, ਅਤੇ ਜਿੱਥੇ ਦਸਮ ਪਾਤਸ਼ਾਹ ਜੀ ਨੇ ਆਪਣੇ ਚਾਰੇ ਸਾਹਿਬਜ਼ਾਦੇ ਵਾਰ ਕੇ ਖਾਲਸੇ ਨੂੰ ਆਪਣੀ ਗੋਦ ਵਿੱਚ ਬਿਠਾਇਆ,
ਤੇ ਉਸੇ ਗੋਦ 'ਚ ਭਾਈ ਨੰਦ ਲਾਲ ਜੀ ਵੀ ਬੈਠੇ ਨੇ ਅਤੇ ਪੀਰ ਬੁੱਧੂ ਸ਼ਾਹ ਵੀ ਬੈਠੇ ਹੈ। ਇਹ ਵਡਿਆਈ ਹੈ ਦਸਵੇਂ ਪਾਤਸ਼ਾਹ। ਕਈ ਵਾਰ ਕਈ ਜਗ੍ਹਾ ਕਈ ਟਪਲਾ ਖਾ ਜਾਂਦੇ ਨੇ। ਥੋੜ੍ਹੀ ਬੇਨਤੀ ਕਰਨੀ ਹੈ, ਫਿਰ ਮੈਂ ਅਗਲੀ ਵਿਚਾਰ ਸ਼ੁਰੂ ਕਰਾਂਗਾ। ਜਿਵੇਂ ਸ਼ਾਇਦ ਤੁਸੀਂ ਕਿਸੇ ਕੋਲ ਸੁਣਿਆ ਹੋਵੇ ਸਟੇਜ 'ਤੇ ਜਾਂ ਪੜ੍ਹਿਆ ਹੋਵੇ, ਤਾਂ ਕਈ ਕਹਿਣਗੇ ਕਿ ਜਦੋਂ ਸਰਸਾ ਦਰਿਆ ਦਸਵੇਂ ਪਾਤਸ਼ਾਹ ਨੇ ਪਾਰ ਕੀਤਾ ਅਤੇ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਦਿੱਲੀ ਗਏ ਨੇ, ਅਤੇ ਕਈ ਕਹਿਣਗੇ ਜੀ ਦਿੱਲੀ 'ਤੇ ਦੁਸ਼ਮਣ ਬੈਠਾ ਸੀ, ਉੱਥੇ ਕਿਵੇਂ ਗਏ ਦੱਸੋ। ਪਰ ਵਿਚਾਰ ਕਰੀਏ, ਸਾਹਿਬ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਆਪਾਂ ਸੁਣਦੇ ਹਾਂ। ਦਸਮ ਪਾਤਸ਼ਾਹ ਮਹਾਰਾਜ, ਪੰਜ ਪਿਆਰੇ, ਦੋਵੇਂ ਵੱਡੇ ਸਾਹਿਬਜ਼ਾਦੇ ਬਾਕੀ ਸਿੰਘ, ਅਤੇ ਇੱਕ ਪਾਸੇ ਵੱਡੇ ਮਾਤਾ ਜੀ ਛੋਟੇ ਸਾਹਿਬਜ਼ਾਦੇ, ਅਤੇ ਇੱਕ ਪਾਸੇ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ। ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਦੇ ਨਾਲ ਡਿਊਟੀ ਲੱਗੀ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਦੀ। ਉਹ ਹਰਿਦੁਆਰ ਦੇ ਰਸਤੇ ਦਿੱਲੀ ਲੈ ਕੇ ਗਏ ਨੇ। ਦਿੱਲੀ ਕਿੱਥੇ ਲੈ ਕੇ ਗਏ ਨੇ? ਲੱਖੀ ਸ਼ਾਹ ਵਣਜਾਰਾ, ਜਿਹੜਾ ਜਿਸ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਦਾ ਸੰਸਕਾਰ ਕੀਤਾ ਸੀ। ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਉੱਥੋਂ ਚੱਕਿਆ ਅਤੇ ਅਨੰਦਪੁਰ ਸਾਹਿਬ ਲੈ ਕੇ ਗਏ। ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਹੋਇਆ ਅਤੇ ਧੜ ਦਾ ਸੰਸਕਾਰ ਜਿੱਥੇ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਇੱਥੇ ਹੋਇਆ, ਅਤੇ ਇੱਥੇ ਘਰ ਸੀ ਇਸ ਲੱਖੀ ਸ਼ਾਹ ਵਣਜਾਰੇ ਦਾ। ਅਤੇ ਇਹਨੇ ਸਤਿਗੁਰੂ ਦਾ ਧੜ ਦਾ ਸੰਸਕਾਰ ਚੰਦਨ ਦੀ ਚਿਖਾ ਚਿਣ ਕੇ ਅਤੇ ਆਪਣਾ ਘਰ ਬਾਰ ਵੀ ਨਾਲ ਸਾੜ ਦਿੱਤਾ ਸੀ। ਇਹ ਲੱਖੀ ਸ਼ਾਹ ਵਣਜਾਰੇ ਦੀ ਧੀ ਸੀ, ਉਹਦਾ ਨਾਂ ਸੀ ਬੀਬੀ ਬਸੰਤ ਕੌਰ। ਉਹਦੇ ਆਨੰਦ ਕਾਰਜ ਹੋਏ ਸਨ ਭਾਈ ਮਨੀ ਸਿੰਘ ਨਾਲ। ਲੱਖੀ ਸ਼ਾਹ ਵਣਜਾਰੇ ਦਾ ਜਿਹੜਾ ਪਰਿਵਾਰ ਹੈ, ਜਦ ਇਤਿਹਾਸ ਪੜ੍ਹਿਆ ਅਤੇ 18 ਉਸ ਪਰਿਵਾਰ ਦੇ 18 ਸ਼ਹੀਦ ਹੋਏ ਨੇ। ਇਹਦੀ ਲੜਕੀ ਲੱਖੀ ਸ਼ਾਹ ਵਣਜਾਰੇ ਦੀ, ਬਾਬਾ ਲੱਖੀ ਸ਼ਾਹ ਵਣਜਾਰੇ ਦੀ ਬੇਟੀ ਜਿਹੜੀ, ਉਹਦਾ ਨਾਂ ਸੀ ਬੀਬੀ ਬਸੰਤ ਕੌਰ, ਅਤੇ ਉਹਦੇ ਆਨੰਦ ਕਾਰਜ ਭਾਈ ਮਨੀ ਸਿੰਘ ਨਾਲ ਹੋਏ ਸਨ। ਤਾਂ ਭਾਈ ਮਨੀ ਸਿੰਘ ਉੱਥੇ ਮਾਤਾਵਾਂ ਨੂੰ ਗੁਰੂ ਕੇ ਮਹਿਲਾਂ ਲੈ ਕੇ ਗਏ ਸਨ। ਅਗਲੀ ਬੇਨਤੀ, ਜਦੋਂ ਅਸੀਂ ਮੀਰ ਮੰਨੂ ਦੀ ਜੇਲ੍ਹ ਦਾ ਜ਼ਿਕਰ ਸੁਣਦੇ ਅਤੇ ਪੜ੍ਹਦੇ ਹਾਂ, ਜਿੱਥੇ ਮਾਤਾਵਾਂ ਨੇ, ਬੀਬੀਆਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ 1.25 ਪੀਸਣਾ ਪੀਸਿਆ। ਅਰਦਾਸ ਦੇ ਪੱਟੀ ਦੇ ਇਲਾਕੇ ਵਿੱਚ ਵੀ ਦੀਵਾਨ ਹੁੰਦੇ ਰਹਿੰਦੇ ਆ ਅਤੇ ਉੱਧਰ ਦੇ ਤੁਸੀਂ ਜਾਣਦੇ ਹੋ। ਇੱਥੇ ਪੱਟੀ ਵੀ ਉਹਨਾਂ ਬੀਬੀਆਂ ਕੋਲ ਚੱਕੀਆਂ ਪਿਆਈਆਂ ਗਈਆਂ ਨੇ, ਫਿਰ ਲਾਹੌਰ ਲੈ ਕੇ ਗਏ। ਅਤੇ ਉਹ ਬੀਬੀਆਂ ਜਿਨ੍ਹਾਂ ਦੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਏ ਗਏ, ਅਤੇ ਉਹਨਾਂ ਬੀਬੀਆਂ ਦੇ ਵਿੱਚ ਮਾਤਾ ਬਸੰਤ ਕੌਰ ਵੀ ਸੀ, ਬਿਰਧ ਸਰੀਰ ਸੀ, ਉਹ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਧਰਮਸ ਪਤਨੀ ਮਾਤਾ ਬਸੰਤ ਕੌਰ। ਉਹ ਭਾਈ ਮਨੀ ਸਿੰਘ ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ ਆ ਪਿਆਰਿਆ, ਅਤੇ ਉਹ ਗੁਰੂ ਕੇ ਮਹਿਲਾਂ ਨੂੰ ਦਿੱਲੀ ਲੈ ਕੇ ਗਏ ਨੇ ਲੱਖੀ ਸ਼ਾਹ ਵਣਜਾਰੇ ਕੋਲ ਪਿਆਰਿਆ। ਅਗਲੀ ਬੇਨਤੀ, ਜਿਸ ਵੇਲੇ ਸਰਸਾ ਪਾਰ ਹੋਇਆ ਅਤੇ ਕਈ ਇਹ ਕਹਿਣਗੇ ਕਿ ਇੱਥੇ ਦਸਮ ਪਾਤਸ਼ਾਹ ਨੇ, ਦਸਮ ਪਾਤਸ਼ਾਹ ਦੇ ਮੁੱਖ ਤੋਂ ਕਈ ਖਵਾਉਂਦੇ ਆ ਕਿ ਮਹਾਰਾਜ ਨੇ ਕਿਹਾ ਕਿ ਤੁਸੀਂ ਆਪਣੀ ਬਾਂਹ ਨੂੰ ਗੁੜ ਦਾ ਲਾਲਾ ਲਾਓ, ਤਿਲਾਂ ਦੀ ਬੋਰੀ ਵਿੱਚ ਪਾਓ, ਜਿੰਨੇ ਤਿਲ ਬਾਂਹ ਨੂੰ ਲੱਗਣ ਜੇ ਇੰਨੀਆਂ ਕਸਮਾਂ ਮੁਸਲਮਾਨ ਖਾਵੇ ਤਾਂ ਭਰੋਸਾ ਨਹੀਂ ਕਰਨਾ। ਪਰ ਇਹ ਗੱਲ ਗੁਰਮਤ ਨਾਲ ਨਹੀਂ ਮਿਲਦੀ। ਮੁਸਲਮਾਨ ਸ਼ਬਦ ਤਾਂ ਬਹੁਤਿਆਂ ਨੇ ਕਹਿ ਦਿੱਤਾ ਕਿ ਰਾਜ ਸੀ ਉਸ ਵੇਲੇ ਉਹਨਾਂ ਦਾ, ਤਾਂ ਨਾਮ ਮੁਸਲਮਾਨ ਵਰਤਿਆ। ਗੁਰੂ ਮਹਾਰਾਜ ਨੇ ਕਿਹਾ ਸੀ ਕਿ ਜਿਹੜਾ ਧਰਮ ਤੋਂ ਹੀਣਾ ਰਾਜਾ ਹੈ, ਰਾਜਿਆਂ ਦਾ ਕਦੀ ਭਰੋਸਾ ਨਾ ਕਰੋ। ਜਿਹੜੇ ਰਾਜੇ ਨੇ ਇਹ ਲੱਖ ਕਸਮਾਂ ਖਾਣ, ਇਹਨਾਂ ਨੇ ਕਸਮਾਂ ਖਾਧੀਆਂ, ਕਿਤੇ ਕੁਰਾਨ ਦੀ ਕਸਮ ਖਾਧੀ, ਔਰੰਗਜ਼ੇਬ ਨੇ ਚਿੱਠੀ ਲਿਖ ਕੇ ਅਤੇ ਕੁਰਾਨ ਭੇਜਿਆ, ਕਿਤੇ ਗਊ ਆਟੇ ਦੀ ਗਊ ਬਣਾ ਕੇ ਅਤੇ ਗੀਤਾ ਲੈਣ ਦੀ ਅਤੇ ਕਸਮਾਂ ਖਾਧੀਆਂ, ਅਤੇ ਜਦੋਂ ਮੇਰੇ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਨਾ, ਅਤੇ ਸਾਰਿਆਂ ਨੇ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ। ਮਹਾਰਾਜ ਨੇ ਦੱਸਿਆ ਕਿ ਆਹ ਦੇਖ ਲਓ, ਇਹ ਜਿਹੜੇ ਰਾਜਨੀਤਿਕ ਲੋਕ ਹਨ,
ਇਹਨਾਂ ਦਾ ਕਦੀ ਭਰੋਸਾ ਨਾ ਕਰੋ। ਕਹਿੰਦੇ ਕਿਸੇ ਨੇ ਆਪਣੇ ਪਿਓ ਨੂੰ ਕਿਹਾ ਜੀ ਮੈਂ ਰਾਜਨੀਤਿਕ ਬਣਨਾ ਅਤੇ ਮੈਨੂੰ ਸਿੱਖਿਆ ਦਿਓ। ਉਹ ਕਹਿੰਦੇ ਪੁੱਤਰ ਬੇਟਾ ਨਾ ਬਣ ਕੀ ਲੋੜ, ਨਹੀਂ ਜੀ ਮੈਂ ਬਣਨਾ। ਕਹਿੰਦੇ ਫਿਰ ਕੋਠੇ 'ਤੇ ਚੜ੍ਹ ਜਾ। ਕੋਠੇ 'ਤੇ ਚੜ੍ਹ ਗਿਆ ਬੇਟਾ, ਪਿਓ ਥੱਲੇ ਹੈ। ਕਹਿੰਦੇ ਛਾਲ ਮਾਰ ਦੇ। ਕਹਿੰਦੇ ਜੀ ਛਾਲ ਮਾਰਾਂਗਾ, ਹੱਥ ਪੈਰ ਟੁੱਟਣਗੇ। ਲੈ ਪੁੱਤ ਮੈਂ ਤੈਨੂੰ ਉੱਤੋਂ ਫੜ ਲੈਣਾ ਜਦੋਂ ਆਏਗਾ, ਮੈਂ ਥੱਲੇ ਖੜਾ। ਮਾਰ ਛਾਲ। ਜਦੋਂ ਉਹਨੇ ਛਾਲ ਮਾਰੀ ਤਾਂ ਪਿਓ ਦੌੜ ਕੇ ਪਿੱਛੇ ਹੋ ਗਿਆ, ਪੁੱਤਰ ਡਿੱਗ ਪਿਆ, ਉਹਦੇ ਗੋਡੇ ਗਿੱਟੇ ਟੁੱਟ ਗਏ। ਅਤੇ ਕਹਿੰਦੇ ਵੀ ਇਹ ਕੀ ਸਿੱਖਿਆ ਦਿੱਤੀ ਹੈ? ਪਿਓ ਨੂੰ ਪੁੱਛਦਾ, ਕਹਿੰਦਾ ਮੈਂ ਸਿੱਖਿਆ ਇਹ ਦਿੱਤੀ ਹੈ ਵੀ ਜੇ ਰਾਜਨੀਤਿਕ ਬਣਨਾ ਤਾਂ ਪਿਓ ਦਾ ਵੀ ਭਰੋਸਾ ਨਾ ਕਰੀ। ਰਾਜਨੀਤੀ ਹੈ। ਦਸਵੇਂ ਪਾਤਸ਼ਾਹ ਮਾਨ ਕਿਹਾ ਸੀ ਰਾਜਿਆਂ ਦਾ ਕਦੀ ਭਰੋਸਾ ਨਾ ਕਰੋ, ਕਿਉਂਕਿ ਰਾਜੇ ਸਾਮ ਦਾਮ ਦੰਡ ਭੇਤ ਵਰਤਦੇ ਹੈ। ਉੱਥੇ ਗੱਲ ਮੁਸਲਮਾਨ ਦੀ ਨਹੀਂ। ਜੇ ਮੁਸਲਮਾਨ ਦੀ ਹੈ ਤਾਂ ਭੀਖਣ ਸ਼ਾਹ ਪੀਰ ਪਟਨਾ ਸਾਹਿਬ ਦਰਸ਼ਨ ਕਰਨ ਗਿਆ, ਕੌਣ ਸੀ ਉਹ? ਮੁਸਲਮਾਨ ਸੀ। ਜੇ ਮੁਸਲਮਾਨ ਦੀ ਗੱਲ ਹੈ ਤਾਂ ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੇ ਯੁੱਧ ਦੇ ਅੰਦਰ ਦੋ ਪੁੱਤਰ ਸ਼ਹੀਦ ਕਰਵਾਏ ਨੇ, 200 ਮਰੀਦ ਸ਼ਹੀਦ ਕਰਵਾਇਆ। ਅਤੇ ਤੁਸੀਂ ਪੀਰ ਬੁੱਧੂ ਸ਼ਾਹ ਦਾ ਇਤਿਹਾਸ ਪੜ੍ਹ ਕੇ ਦੇਖੋ, ਅਖੀਰ ਵਿੱਚ ਇਹਨੂੰ ਅੱਗ ਦੇ ਵਿੱਚ ਸਾੜ ਕੇ ਸ਼ਹੀਦ ਕੀਤਾ ਸੀ ਕਿ ਗੁਰੂ ਦਾ ਸਿੱਖ ਕਿਉਂ ਬਣ ਗਿਆ, ਗੁਰੂ ਦਾ ਸੇਵਕ ਕਿਉਂ ਬਣ ਗਿਆ? ਕੌਣ ਸੀ? ਮੁਸਲਮਾਨ ਸੀ ਉਹ। ਹੁਣੇ ਤੁਸੀਂ ਸਰਵਣ ਕਰ ਰਹੇ ਸੀ ਕਿ ਨਿਹੰਗ ਖਾਨ ਕੋਟਲੇ ਵਾਲਾ, ਜਿਹਦੀ ਧੀ ਮੁਮਤਾਜ ਹੈ, ਅਤੇ ਪਿਆਰੇ ਪਿਤਾ ਨੇ ਕਿਹਾ ਸੀ ਇਸ ਕਮਰੇ ਵਿੱਚ ਮੇਰਾ ਦਿਮਾਗ ਅਤੇ ਬੇਟੀ ਹੈ, ਅਤੇ ਮੁਮਤਾਜ ਨੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਈ। ਇਹ ਤਾਂ ਮੁਸਲਮਾਨ ਹੈ। ਅੱਗੇ ਚਲੀਏ ਤਾਂ ਗਨੀ ਖਾਂ ਮਨੀ ਖਾਂ ਕੌਣ ਨੇ, ਜਿਨ੍ਹਾਂ ਨੇ ਜਾਨਾਂ ਤਲੀ 'ਤੇ ਰੱਖ ਕੇ ਮੇਰੇ ਦਸਵੇਂ ਪਾਤਸ਼ਾਹ ਜੀ ਨੂੰ ਉੱਚਾ ਪੀਰ ਬਣਾ ਕੇ ਸੇਵਾ ਕੀਤੀ ਹੈ? ਉਹ ਵੀ ਮੁਸਲਮਾਨ ਨੇ। ਆ ਪਿੱਛੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ 550 ਸਾਲਾ ਮਨਾਇਆ ਗਿਆ ਨਾ ਪਿਛਲੇ ਸਾਲ, ਸਾਧ ਜਦ ਇਤਿਹਾਸ ਪੜ੍ਹਦੇ ਹਾਂ, ਤੁਸੀਂ ਆਮ ਦੀ ਗੱਲ ਛੱਡੋ ਵੀ ਗੁਰੂ ਨਾਨਕ ਸਾਹਿਬ ਦੇ ਜਿੱਥੇ ਵੱਡੇ ਵੱਡੇ ਯੋਗੀ ਸੇਵਕ ਬਣੇ ਨੇ, ਉੱਥੇ ਪਤਾ ਨਹੀਂ ਕਿੰਨੇ ਕੁ ਪੀਰ ਹਨ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ। ਪੀਰਾਂ ਦੀ ਗਿਣਤੀ ਨਹੀਂ ਹੋ ਰਹੀ। ਮੈਂ ਤਾਂ ਨਮਸਕਾਰ ਹੀ ਕਰਨ ਹੈਰਾਨ ਹੁੰਦਾ ਅੱਜ ਤੱਕ ਨੇ। ਬੇਨਤੀ ਕਰ ਤੋਂ ਭਾਵ ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ ਪਿਆਰੇ। ਜਿਹੜੇ ਧਰਮੀ ਬੰਦੇ ਹੈ, ਚਾਹੇ ਉਹ ਮੁਸਲਮਾਨ ਨੇ, ਚਾਹੇ ਹਿੰਦੂ ਨੇ, ਚਾਹੇ ਕਿਸੇ ਸਿੱਖ ਨੇ, ਚਾਹੇ ਈਸਾਈ ਨੇ, ਚਾਹੇ ਹੋਰ ਨੇ, ਰੱਬ ਨੂੰ ਮੰਨਣ ਵਾਲੇ ਜਿਹੜੇ ਹੈ ਉਹ ਗੁਰੂ ਨੂੰ ਨਮਸਕਾਰ ਕਰਦੇ ਹੈ। ਦੁੱਧ ਕਿੰਨੇ ਪਿਆਇਆ ਸੀ ਸਾਹਿਬਜ਼ਾਦਿਆਂ ਨੇ, ਬਾਬਾ ਮੋਤੀ ਰਾਮ ਮਹਿਰਾ ਨੇ। ਅਤੇ ਜਦੋਂ ਇਤਿਹਾਸ ਪੜ੍ਹਨੇ ਆ ਨਾ, ਇਹ ਸ਼ਹੀਦ ਨੂੰ ਅਸੀਂ ਬਹੁਤ ਚਿਰ ਭੁੱਲੇ ਰਹੇ ਹਾਂ, ਇਤਿਹਾਸਕਾਰਾਂ ਨੇ ਬਹੁਤ ਅੱਗੇ ਨਹੀਂ ਲਿਆਂਦਾ, ਹੁਣ ਯਾਦ ਕਰ ਰਹੇ। ਇਹ ਬਾਬਾ ਮੋਤੀ ਰਾਮ ਮਹਿਰਾ ਨੇ ਜਿਹੜਾ ਦੁੱਧ ਪਿਆਇਆ ਸੀ ਆਪਣੇ ਘਰ ਦੀ ਗਊ ਦਾ, ਅਤੇ ਘਰਵਾਲੀ ਦੇ ਗਹਿਣੇ ਗੁਣੇ ਦੇ ਕੇ ਅਤੇ ਸਾਹਿਬਜ਼ਾਦਿਆਂ ਕੋਲ ਪਹੁੰਚਿਆ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ, ਬਾਅਦ 'ਚ ਸੂਬੇ ਨੂੰ ਪਤਾ ਲੱਗਾ, ਅਤੇ ਉਹਨੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਣੇ ਪਰਿਵਾਰ, ਇਹਦੀ ਮਾਂ ਨੂੰ, ਇਹਦੀ ਘਰਵਾਲੀ ਨੂੰ, ਇਹਦੀ ਧੀ ਨੂੰ, ਇਹਦੇ ਪੁੱਤਰ ਨੂੰ, ਇਹਦੇ ਅੱਖਾਂ ਦੇ ਸਾਹਮਣੇ ਕੋਹਲੂ ਵਿੱਚ ਪੀੜਿਆ, ਅਤੇ ਬਾਅਦ 'ਚ ਬਾਬਾ ਮੋਤੀ ਰਾਮ ਨੂੰ ਪੀੜਿਆ ਸੀ। ਸਾਰਾ ਪਰਿਵਾਰ ਹੀ ਸ਼ਹੀਦ ਹੋਇਆ ਪਿਆਰੇ। ਉਹ ਕੌਣ ਸੀ? ਹਿੰਦੂ ਸੀ। ਬਾਬਾ ਟੋਡਰ ਮੱਲ ਕੌਣ ਹੈ? ਹਿੰਦੂ ਹੈ। ਅਤੇ ਉਹਨੇ ਮੋਹਰਾਂ ਖੜੀਆਂ ਕਰਕੇ ਲਈਆਂ ਸੀ, ਉਹ ਜਗ੍ਹਾ ਲਈ ਸੀ। ਸੂਬਾ ਬੇਈਮਾਨ ਹੋ ਗਿਆ, ਜ਼ਮੀਨ ਵਾਲਾ ਵੀ ਬੇਈਮਾਨ ਹੋ ਗਿਆ, ਚੌਧਰੀ ਇਸ ਤਰ੍ਹਾਂ ਦੀ ਬਜਾਏ ਇਸ ਤਰ੍ਹਾਂ। ਅਤੇ ਅਰਥੀ ਦੇ ਨਾਲ ਕੌਣ ਲੱਗੇ ਸਨ? ਕਿੰਨਾ ਅਰਥੀ ਦੀ ਸੇਵਾ ਕਿੰਨਾ ਕੀਤੀ ਸੀ? ਉਹ ਸੀ ਬਾਬਾ ਮੋਤੀ ਰਾਮ ਮਹਿਰਾ ਦਾ ਪਰਿਵਾਰ, ਬਾਬਾ ਟੋਡਰਮੱਲ ਦਾ ਪਰਿਵਾਰ, ਭਾਈ ਰਾਮ ਸਿੰਘ ਅਤੇ ਭਾਈ ਤ੍ਰਿਲੋਕ ਸਿੰਘ। ਇਹਨਾਂ ਨੇ ਤਿੰਨ ਅਰਥੀਆਂ ਇੱਥੋਂ ਜਿੱਥੇ ਬਵਾਨ ਸਾਹਿਬ ਸਾਹਿਬ ਹੈ ਇੱਥੋਂ ਕੱਢੀਆਂ, ਅਤੇ ਜੋਤੀ ਸਰੂਪ ਸਾਹਿਬ ਜਾ ਕੇ ਸੰਸਕਾਰ ਕੀਤਾ। ਅਤੇ ਪਤਾ ਸੀ ਕਿ ਜਦੋਂ ਸੂਬੇ ਨੂੰ ਪਤਾ ਲੱਗ ਜਾਏਗਾ
ਸਾਨੂੰ ਹਰ ਕਿਸੇ ਦੀ ਸਜ਼ਾ ਦੇਵੇਗਾ ਅਤੇ ਸਜ਼ਾ ਦਿੱਤੀ ਜਿੱਥੇ ਬਾਬਾ ਮੋਤੀ ਰਾਮ ਮਹਿਰੇ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜਿਆ ਉੱਥੇ ਬਾਬਾ ਟੋਡਰਮੱਲ ਦਾ ਵੀ ਹਾਲ ਇਸਨੇ ਕੀ ਕੀਤਾ ਸੀਗਾ ਪਿਆਰਿਆ। ਇਹਦੀ ਹਵੇਲੀ ਜਹਾਜ਼ ਹਵੇਲੀ ਜਿਹੜੀ ਸੀ ਅਮੀਰ ਸੀ ਬੜਾ ਹੈ ਵਪਾਰੀ ਸੀ ਪਰ ਇਹ ਸੂਬੇ ਨੇ ਉਹਦੇ 'ਤੇ ਵੀ ਘੱਟ ਨਹੀਂ ਗੁਜ਼ਾਰਿਆ। ਉਹ ਹਿੰਦੂ ਸੀ, ਗੱਲ ਹਿੰਦੂ ਅਤੇ ਮੁਸਲਮਾਨ ਸਿੱਖ ਦੀ ਨਹੀਂ, ਗੱਲ ਹੈ ਜਬਰ ਅਤੇ ਸਬਰ ਦੀ, ਗੱਲ ਹੈ ਸੱਚ ਅਤੇ ਝੂਠ ਦੀ, ਗੱਲ ਹੈ ਧਰਮ ਦੀ। ਇੱਕ ਪਾਸੇ ਪਰਮੇਸ਼ੁਰ ਨੂੰ ਮੰਨਣ ਵਾਲੇ ਨੇ ਉਹ ਚਾਹੇ ਕਿਸੇ ਧਰਮ ਨਾਲ ਜੁੜੇ ਨੇ ਅਤੇ ਇੱਕ ਉਹ ਨੇ ਜਿਹੜੇ ਦੂਸਰੇ ਨੇ ਪਿਆਰਿਆ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਬਾਬੇ ਕੇ ਬਾਬਰ ਕੇ, ਦੋ ਸ਼ਬਦ ਆਪਾਂ ਵਰਤਨੇ। ਇੱਕ ਧਰਮ ਹੈ ਇੱਕ ਅਧਰਮ ਹੈ, ਜ਼ੁਲਮ ਹੈ। ਬੇਨਤੀ ਕਰਨ ਤੋਂ ਭਾਵ ਕਿ ਗੁਰੂ ਘਰ ਵਿੱਚ ਪਹਿਲੀ ਗੱਲ ਕਿ ਸਰਬੱਤ ਦਾ ਭਲਾ ਅਤੇ ਗੁਰੂ ਘਰ ਨੂੰ ਮੰਨਣ ਵਾਲੇ ਪਿਆਰਿਓ ਹਰ ਧਰਮ ਦੇ ਮਨੁੱਖ ਨੇ, ਹਰ ਧਰਮ ਦੇ ਮਨੁੱਖ ਨੇ। ਜਦੋਂ ਅਸੀਂ ਇਹ ਪੜ੍ਹਦੇ ਹਾਂ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਅਤੇ ਕਈਆਂ ਦਾ ਵਿਚਾਰ ਹੈ ਕਿ ਅਕਾਲ ਪੁਰਖ ਦੇ ਤਾਂ ਸਾਰੇ ਹੀ ਨੇ। ਵੇਖੋ ਹੁਣ ਇਹ ਦਸਮ ਗ੍ਰੰਥ ਅੰਦਰ ਆਉਂਦਾ ਖਾਲਸਾ ਅਕਾਲ ਪੁਰਖ ਕੀ ਫੌਜ, ਅਤੇ ਅਕਾਲ ਪੁਰਖ ਦਾ ਤਾਂ ਸਾਰਾ ਸੰਸਾਰ ਹੀ ਵਾਹਿਗੁਰੂ ਦਾ। ਇਹਦਾ ਮਤਲਬ ਕੀ ਹੈ, ਧਿਆਨ ਨਾਲ ਸੁਣਨਾ, ਸਾਰਾ ਸੰਸਾਰ ਵਾਹਿਗੁਰੂ ਦਾ ਪਰ ਸਾਰਾ ਸੰਸਾਰ ਵਾਹਿਗੁਰੂ ਦੀ ਫੌਜ ਨਹੀਂ, ਧਿਆਨ ਦੇਣਾ। ਹਰ ਦੇਸ਼ ਦੀ ਫੌਜ ਅੱਡ ਹੁੰਦੀ ਹੈ, ਉਹ ਫੌਜ ਦੇ ਕਾਨੂੰਨ ਹੁੰਦੇ, ਉਹਨਾਂ ਦੇਸ਼ ਦੀ ਰਾਖੀ ਕਰਨੀ ਹੈ, ਦੁਸ਼ਮਣ ਨਾਲ ਟਾਕਰਾ ਕਰਨਾ, ਲੋੜ ਪੈਣ 'ਤੇ ਆਪਣਾ ਆਪ ਵਾਰਨਾ। ਅਤੇ ਫੌਜ 'ਚ ਸਾਰੇ ਭਰਤੀ ਨਹੀਂ ਹੁੰਦੇ, ਫੌਜ 'ਚ ਸਿਲੈਕਟ ਉਹ ਹੀ ਹੁੰਦੇ ਹੈ ਪਿਆਰਿਓ ਜਿਹੜੇ ਉਹ ਸਾਰੇ ਭਰਤੀਆਂ 'ਚ ਪਾਸ ਹੁੰਦੇ ਹੈ ਔਰ ਉਹਨਾਂ ਦੀ ਜੋ ਕਾਨੂੰਨ ਬਣੇ ਉਹਦੇ ਅਨੁਸਾਰ ਪੂਰੇ ਉਤਰਦੇ ਹੈ। ਫੌਜ ਵਿੱਚ ਉਹੀ ਸ਼ਾਮਿਲ ਹੁੰਦੇ, ਉਹੀ ਸਿਲੈਕਟ ਹੁੰਦੇ ਹੈ। ਸਾਰਾ ਸੰਸਾਰ ਵਾਹਿਗੁਰੂ ਦਾ ਪਰ ਸਾਰੀ ਫੌਜ ਨਹੀਂ, ਖਾਲਸਾ ਫੌਜ ਹੈ। ਅਤੇ ਇਸ ਖਾਲਸਾ ਫੌਜ ਨੇ ਜਿੱਥੇ ਸਰਬੱਤ ਦਾ ਭਲਾ ਮੰਗਣਾ ਉੱਥੇ ਖਾਲਸਾ ਫੌਜ ਨੇ ਸੰਸਾਰ ਵਿੱਚ ਸ਼ਾਂਤੀ ਰੱਖਣੀ ਹੈ, ਉੱਥੇ ਖਾਲਸਾ ਫੌਜ ਨੇ ਜ਼ੁਲਮ ਦਾ ਟਾਕਰਾ ਕਰਨਾ। ਤਿੰਨ ਗੱਲਾਂ ਹੁੰਦੀਆਂ। ਜਦੋਂ ਏਮਨਾਬਾਦ ਦਾ ਜੰਗ ਹੋਇਆ ਨਾ ਅਤੇ ਬਾਅਦ ਵਿੱਚ ਕੈਦੀ ਰਿਹਾ ਕੀਤੇ ਅਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਇਸ ਏਮਨਾਬਾਦ ਦੇ ਵਿੱਚ ਕਈ ਲੋਕ ਉਹ ਵੀ ਸਨ ਜਿਨ੍ਹਾਂ ਨੇ ਕੋਈ ਪਾਪ ਨਹੀਂ ਸੀ ਕੀਤਾ, ਕੋਈ ਜ਼ੁਲਮ ਨਹੀਂ ਸੀ ਕੀਤਾ, ਕੋਈ ਮਾੜਾ ਕਰਮ ਨਹੀਂ ਸੀ ਕੀਤਾ, ਪਰ ਸਜ਼ਾ ਤਾਂ ਉਹਨਾਂ ਨੂੰ ਵੀ ਮਿਲ ਗਈ। ਉਹਨਾਂ ਨੂੰ ਮਾਰ ਕਿਉਂ ਪਈ? ਜਿਹਦੇ ਬਾਰੇ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਏਤੀ ਮਾਰ ਭਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਵੀ ਤੈਨੂੰ ਅਜੇ ਵੀ ਦਰਦ ਨਹੀਂ ਆਇਆ, ਇੰਨਾ ਕੁਛ ਹੋਇਆ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਕਹਿੰਦੇ, ਜਦੋਂ ਭਾਈ ਮਰਦਾਨਾ ਕਹਿੰਦਾ ਮਹਾਰਾਜ ਉਹ ਜਿਹੜੇ ਜਿਨ੍ਹਾਂ ਨੇ ਕੁਛ ਕੀਤਾ ਵੀ ਨਹੀਂ ਸੀ ਉਹਨਾਂ ਨੂੰ ਮਾਰ ਨਾਲ ਕਿਵੇਂ ਕਿਉਂ ਪਈ ਹੈ? ਤਾਂ ਉੱਥੇ ਭਾਈ ਮਰਦਾਨੇ ਸੱਚੇ ਪਾਤਸ਼ਾਹ ਕਹਿੰਦੇ ਦੇਖ ਭਾਈ ਮਰਦਾਨਾ, ਇਹਨਾਂ ਨੇ ਜ਼ੁਲਮ ਕੀਤਾ ਤਾਂ ਨਹੀਂ ਪਰ ਜ਼ੁਲਮ ਹੁੰਦਾ ਤਾਂ ਦੇਖਿਆ ਨਾ। ਅਤੇ ਧਾਰਮਿਕ ਗ੍ਰੰਥਾਂ ਵਿੱਚ ਹੋਰ ਕਈ ਜਗ੍ਹਾ ਇਹਦੀ ਵਿਚਾਰ ਆਉਂਦੀ ਹੈ, ਜੋ ਗੁਰੂ ਘਰ ਵਿੱਚ ਵੀ ਅਸੀਂ ਇਤਿਹਾਸ ਪੜ੍ਹਦੇ ਹਾਂ ਅਤੇ ਭਾਈ ਉਹ ਸਾਹਮਣੇ ਆਉਂਦਾ। ਸਭ ਤੋਂ ਪਹਿਲਾਂ ਕੀ ਹੈ? ਪਹਿਲਾ ਹੈ ਕਿ ਜ਼ੁਲਮ ਦਾ ਟਾਕਰਾ ਕਰਨਾ, ਪਹਿਲਾ ਮੁਕਾਬਲਾ ਕਰਨਾ। ਜੇ ਟਾਕਰਾ ਨਹੀਂ ਕਰ ਸਕਦਾ ਤਾਂ ਜ਼ਾਲਮ ਨੂੰ ਜ਼ਾਲਮ ਆਖੇ ਵੀ ਤੂੰ ਜ਼ੁਲਮ ਕਰ ਰਿਹਾ, ਤੂੰ ਮਾੜਾ ਕਰ ਰਿਹਾ, ਤੂੰ ਜ਼ਬਰ ਕਰ ਰਿਹਾ। ਅਤੇ ਜੇ ਇਹ ਵੀ ਨਹੀਂ ਕਰ ਸਕਦਾ, ਨਾ ਜ਼ੁਲਮ ਦਾ ਮੁਕਾਬਲਾ ਕਰ ਸਕਦਾ, ਟਾਕਰਾ ਕਰ ਸਕਦਾ, ਨਾ ਜ਼ਾਲਮ ਨੂੰ ਜ਼ਾਲਮ ਆ ਸਕਦਾ, ਅਤੇ ਅੰਦਰ ਤੇ ਅਰਦਾਸ ਕਰੇ ਵੀ ਹੇ ਮਾਲਕ ਇਹ ਜ਼ੁਲਮ ਕਿਉਂ ਹੋ ਰਿਹਾ? ਅਤੇ ਜੇ ਅੰਦਰ ਵੀ ਅਰਦਾਸ ਨਹੀਂ ਕਰਦਾ ਤਾਂ ਫਿਰ ਰੱਬ ਦਾ ਬੰਦਾ ਨਹੀਂ। ਪਿਆਰ ਭਾਈ ਮਰਦਾਨਾ, ਇਹਨਾਂ ਲੋਕਾਂ ਨੇ ਕਿਹਾ ਸਾਨੂੰ ਕੀ, ਇਹਨਾਂ ਨੇ ਜ਼ੁਲਮ ਹੁੰਦਾ ਵੇਖਿਆ, ਕੋਈ ਗੱਲ ਨਹੀਂ, ਇਹਨਾਂ ਨੂੰ ਮਾਰ ਇਸ ਕਰਕੇ ਪਈ ਹੈ, ਨਾ ਇਹਨਾਂ ਨੇ ਜ਼ੁਲਮ ਦਾ ਮੁਕਾਬਲਾ ਕੀਤਾ, ਨਾ ਜ਼ਾਲਮ ਨੂੰ ਜ਼ਾਲਮ ਆਖਿਆ, ਅਤੇ ਨਾ ਇਹਨਾਂ ਰੱਬ ਅੱਗੇ ਅਰਦਾਸ ਕੀਤੀ ਹੈ, ਇਹਨਾਂ ਨੇ ਤਾਂ ਮਾਰ ਪਈ ਹੈ।
ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਸ ਸੰਸਾਰ 'ਤੇ ਆਏ ਨੇ, ਅਕਾਲ ਪੁਰਖ ਦੇ ਹੁਕਮ ਨਾਲ ਅਕਾਲ ਪੁਰਖ ਦੇ ਭੇਜੇ ਆਏ ਨੇ। ਕਾਹਦੇ ਵਾਸਤੇ ਆਏ ਨੇ? ਮੇਰੇ ਦਸਮ ਪਾਤਸ਼ਾਹ ਕਹਿੰਦੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਅਸੀਂ ਕਿਸੇ ਦਾ ਰਾਜ ਨਹੀਂ ਲੈਣਾ, ਕਿਸੇ ਧੰਨ ਦੀ ਲੋੜ ਨਹੀਂ, ਸਾਡੀ ਡਿਊਟੀ ਅਕਾਲ ਪੁਰਖ ਵਾਹਿਗੁਰੂ ਨੇ ਲਾਈ ਹੈ ਅਤੇ ਅਸੀਂ ਇਸ ਕਾਰਜ ਵਾਸਤੇ ਸੰਸਾਰ 'ਤੇ ਆਏ ਹਾਂ। ਦਸਮ ਪਾਤਸ਼ਾਹ ਮਹਾਰਾਜ ਆਪਣੇ ਬਚਨਾਂ ਰਾਹੀਂ ਆਪ ਫਰਮਾਨ ਕਰਦੇ ਆ। ਆਇਆ ਪਿਆਰੇ ਉਹ ਮੈਂ ਸੱਚਾ ਧਰਮ ਚਲਾਉਣ, ਆਇਆ ਪਿਆਰੇ ਉਹ ਮੈਂ ਸੱਚਾ ਧਰਮ ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੁਖਿਨ ਕੋ ਪਕਰ ਪਿਛਾਰੋ। ਜਾਹੀ ਕਾਜ ਧਰਾ ਹਮ ਜਨਮੰਗ, ਸਮਝ ਲੇਹੋ ਸਾਧੂ ਸਭ ਮਨਮੰਗ। ਇਹ ਰੱਬ ਦੇ ਪਿਆਰੇ ਉਹ ਆ ਗੱਲ ਚੰਗੀ ਤਰ੍ਹਾਂ ਸਮਝ ਲਓ। ਧਰਮ ਚਲਾਵਨ ਸੰਤੋ ਬਾਰ, ਦੁਸ਼ਟ ਸਭਨ ਕੋ ਬੂਲ ਉਪਾਰ। ਧਰਮ ਇੱਕ ਮਜ਼ਹਬ ਹੁੰਦਾ, ਇੱਕ ਧਰਮ ਹੁੰਦਾ, ਮਜ਼ਹਬ ਅੱਡ ਅੱਡ ਨੇ, ਧਰਮ ਸਭ ਦਾ ਸਾਂਝਾ ਪਿਆਰੇ। ਬੋਲੀ ਹੈ ਸੱਚ ਧਰਮ, ਝੂਠ ਨਾ ਬੋਲੀ। ਧਰਮ ਧਰਮ ਚਲਾਵਨ ਸੰਤੋ ਵਾਰਨ, ਕਹਿੰਦੇ ਅਸੀਂ ਸੰਤ ਪੈਦਾ ਕਰਨੇ ਹੈ, ਉਹ ਸੰਤ ਸਿਪਾਹੀ ਬਣਨਗੇ, ਦੁਸ਼ਟ ਸਭ ਨੂੰ ਕਬੂਲ ਪਾਰਨ। ਜਿਹੜੇ ਦੇਸ਼ ਵਾਸਤੇ ਸੰਸਾਰ ਵਾਸਤੇ ਕੈਂਸਰ ਦਾ ਫੋੜਾ ਬਣ ਜਾਣਗੇ, ਸੰਸਾਰ ਨੂੰ ਸੁਖੀ ਕਰਨ ਵਾਸਤੇ ਅਤੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਅਸੀਂ ਉਹ ਦੁਸ਼ਟ ਸਮਨ ਕਬੂਲ ਉਪਾਰ ਉਹਨਾਂ ਦੀਆਂ ਜੜ੍ਹਾਂ ਪੱਟਾਂਗੇ। ਮਹਾਰਾਜ ਕਹਿੰਦੇ ਇਸ ਕਾਜ ਵਾਸਤੇ ਤਿੰਨ ਬਚਨ ਆਉਂਦੇ ਹੈ, ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਮਨ ਕਬੂਲ ਉਪਾਰ। ਤੁਸੀਂ ਦਸਮ ਪਾਤਸ਼ਾਹ ਦਾ ਜੀਵਨ ਸਾਰਾ ਪੜ੍ਹਦੇ ਹੋ ਇਹਨਾਂ ਬਚਨਾਂ 'ਤੇ ਹੈ ਅਤੇ ਕਹਿੰਦੇ ਸਾਨੂੰ ਘੱਲਿਆ ਅਕਾਲ ਪੁਰਖ ਵਾਹਿਗੁਰੂ ਨੇ, ਅਸੀਂ ਆਪਣੇ ਆਪ ਨਹੀਂ। ਅਤੇ ਆਪ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਪਾਵਨ ਧਰਤੀ 'ਤੇ ਹੋਇਆ, ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਗ੍ਰਹਿ ਵਿਖੇ ਅਤੇ ਪਿਤਾ ਸਤਿਗੁਰੂ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਦੁਨੀਆਂ ਦੇ ਅੰਦਰ ਉਸ ਵੇਲੇ ਇੱਕੋ ਇੱਕ ਮਾਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਸਨ ਜਿਹੜੇ ਇਹਨਾਂ ਦੇ ਮਾਤਾ ਜੀ ਬਣ ਸਕਦੇ ਸੀ। ਹੋਰ ਕਿਸੇ ਮਾਂ ਦੀ ਕਮਾਈ ਨਹੀਂ ਸੀ ਇਹਨੇ, ਨਾ ਕਿਸੇ ਪਿਤਾ ਦੀ ਕਮਾਈ ਸੀ ਇਹਨੇ। ਤਾਂ ਹੀ ਦਸਮ ਪਾਤਸ਼ਾਹ ਆਪਣੇ ਬਚਨਾਂ ਵਿੱਚ ਲਿਖਦੇ ਹੈ, ਤਾਤ ਮਾਤ ਅਲੱਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਲਾਕੀ ਸੇਵਾ, ਤਾਤੇ ਭੈ ਪ੍ਰਸੰਨ ਗੁਰਦੇਵਾ। ਤਿੰਨ ਪ੍ਰਭ ਜਬ ਆਇਸ ਮੁਹਿ ਦੀਆ, ਤਬ ਹਮ ਜਨਮ ਕਲੋ ਮਿਲੀ।
ਉਹਨਾਂ ਦੀ ਬੰਦਗੀ ਹੈ ਪਿਆਰ। ਅਤੇ ਛੇਵੇਂ ਸਾਧੂ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੇ ਮਹਿਲ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਜੀ ਮਾਤਾ ਨਾਨਕੀ ਜੀ ਨੇ ਅਤੇ ਛੇਵੇਂ ਪਾਤਸ਼ਾਹ ਦੇ ਮਹਿਲ ਨੇ ਉਹਨਾਂ ਦਾ ਬਚਨ ਸੀ ਛੇਵੇਂ ਸਤਿਗੁਰੂ ਦਾ ਕਿ ਤੁਹਾਡੇ ਘਰ ਜਿਹੜਾ ਪੋਤਰਾ ਆਉਣਾ ਦੇਖੋ ਦਸਮ ਪਾਤਸ਼ਾਹ ਮਾਰੇ ਬਚਨ ਸੀ ਉਹ ਮਹਾਨ ਯੋਧਾ ਸੂਰਮਾ ਜਿਹਦੇ ਵਰਗਾ ਕੋਈ ਨਹੀਂ ਹੋਇਆ ਛੇਵੇਂ ਪਾਤਸ਼ਾਹ ਦੇ ਬਚਨ ਸੀ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਗਏ ਨੇ ਇਹ ਪਟਨਾ ਸਾਹਿਬ ਦਾ ਨਾਂ ਉਸ ਵੇਲੇ ਸੀ ਬਿਸ਼ੰਬਰਪੁਰ ਦੇ ਬਾਹਰਲੇ ਪਾਸੇ ਆਸਣ ਲਾਏ ਸਨ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਸਾਰੇ ਨਾਮ ਕਿਉਂ ਨਹੀਂ ਜਪਦੇ, ਮਹਾਰਾਜ ਕਹਿੰਦੇ ਬੇਕਦਰੇ ਨੇ, ਮਹਾਰਾਜ ਨੇ ਲਾਲ ਦਿੱਤਾ ਸੀ ਅਤੇ ਲਾਲ ਦੀ ਕਿਸੇ ਨੇ ਕਦਰ ਨਹੀਂ ਸੀ ਪਾਈ, ਕਿਸੇ ਨੇ ਦੋ ਬੂੜੀਆਂ ਕੀਮਤ ਪਾਈ, ਕਿਸੇ ਨੇ ਸਵਾ ਸਿਰ ਮਠਿਆਈ, ਕਿਸੇ ਨੇ ਦੋ ਗਜ ਕੱਪੜਾ ਅਤੇ ਸਾਧ ਸਾਰਿਆਂ ਨੇ 100 ਰੁਪਇਆ ਦਰਸ਼ਨੀ ਭੇਟਾ ਰੱਖੀ ਸੀ। ਅਤੇ ਉਹ ਸਾਸ ਰਾਏ ਜਦੋਂ ਦਰਸ਼ਨ ਕਰਨ ਆਇਆ ਨਾ ਗੁਰੂ ਨਾਨਕ ਸਾਹਿਬ ਦੇ, ਅਤੇ ਉੱਥੇ ਬਚਨ ਕਰਦਾ ਵੀ ਸੱਚੇ ਪਾਤਸ਼ਾਹ ਤੁਸੀਂ ਮੇਰੇ ਗ੍ਰਹਿ ਵਿਖੇ ਚਰਨ ਪਾਓ, ਕਿਰਪਾ ਕਰੋ। ਅਤੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ ਸਾਸ ਰਾਏ ਹੁਣ ਨਹੀਂ ਦਸਵੇਂ ਜਾਮੇ ਵਿੱਚ ਆਵਾਂਗੇ, ਤੇਰੇ ਘਰ ਕੇ ਗਲੀ ਗਲੀ ਪਵਿੱਤਰ ਹੋਏਗੀ। ਇਹ ਬਚਨ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ। ਜੇ ਕੋਈ ਦੁਨਿਆਵੀ ਅਕਲ ਨਾਲ ਸੋਚੇਗਾ ਨਾ ਤੇ ਉਹਦੀ ਸੋਚ ਹੋਏਗੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਸ਼ਾਮ ਨੂੰ ਗਏ ਨੇ ਅਤੇ ਮਜਬੂਰੀ ਸੀ ਅੱਗੇ ਜਾਣ ਦੀ, ਇਸ ਕਰਕੇ ਪਰਿਵਾਰ ਨੂੰ ਇੱਥੇ ਛੱਡ ਗਏ ਨੇ। ਪਿਆਰੇ, ਸਭ ਤੋਂ ਪਹਿਲਾਂ ਸਾਨੂੰ ਜਦ ਅਸੀਂ ਗੁਰੂ ਦੀ ਬਾਣੀ ਪੜ੍ਹਨੇ ਹਾਂ, ਅਸੀਂ ਗੁਰੂ ਦਾ ਇਤਿਹਾਸ ਪੜ੍ਹਦੇ ਜਾਂ ਸਰਵਣ ਕਰਨੇ ਹਾਂ ਨਾ, ਤਾਂ ਸਾਨੂੰ ਇੱਕ ਬਚਨ ਸਾਹਮਣੇ ਘੱਟੋ ਘੱਟ ਰੱਖਣਾ ਚਾਹੀਦਾ, ਅਸੀਂ ਕੀ ਹਾਂ। ਤੇ ਜਿਸ ਦੀ ਬਾਣੀ ਪੜ੍ਹ ਸੁਣ ਰਹੇ ਉਹ ਕੌਣ ਨੇ? ਆਮ ਤੁਸੀਂ ਦੇਖੋ ਆ ਜਦੋਂ ਸਕੂਲਾਂ ਦੇ ਪੇਪਰ ਹੁੰਦੇ ਆ, ਕਾਲਜਾਂ ਦੇ ਪੇਪਰ ਹੁੰਦੇ ਆ, ਉਹ ਚੈੱਕ ਕੌਣ ਕਰਦੇ ਆ? ਜੇ ਭਰਾ ਯੂਨੀਵਰਸਿਟੀ ਦੇ ਵਿੱਚ ਕਿਸੇ ਨੇ ਪੇਪਰ ਦਿੱਤੇ ਹੋਣ ਅਤੇ ਏ ਬੀ ਸੀ ਪੜ੍ਹਨ ਵਾਲਾ ਉਹਦੇ ਅੱਗੇ ਰੱਖ ਦਿਉ ਅਤੇ ਉਹ ਆਖੇ ਵੀ ਮੈਂ ਚੈੱਕ ਕਰਦਾ, ਤਾਂ ਤੁਸੀਂ ਮੰਨੋਗੇ? ਬਾਣੀ ਹੋਵੇ ਗੁਰੂ ਦੀ, ਇਤਿਹਾਸ ਹੋਵੇ ਗੁਰੂ ਦਾ, ਅਤੇ ਆਮ ਮਨੁੱਖ ਕਰੇ ਵੀ ਮੈਂ ਹੀ ਜੋ ਕਰਨਾ, ਇਹ ਗੱਲ ਨਹੀਂ ਹੁੰਦੀ ਪਿਆਰ, ਇਹ ਭੁੱਲ ਹੈ ਵੱਡੀ। ਆਪਣੇ ਆਪ ਨੂੰ ਪਹਿਲਾਂ ਸਮਝੇ ਮੈਂ ਕੀ ਹਾਂ। ਸਤਿਗੁਰ ਦੀ ਬਾਣੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਵਾਹਿਗੁਰੂ, ਗੁਰੂ ਅਤੇ ਬਾਣੀ ਤਿੰਨੇ ਇੱਕ ਰੂਪ ਨੇ, ਧਿਆਨ ਦੇਣਾ। ਵਾਹਿਗੁਰੂ, ਗੁਰੂ ਅਤੇ ਬਾਣੀ ਤਿੰਨੇ ਇੱਕ ਰੂਪ ਹਨ। ਹੁਣ ਦਰਗਾਹੀ ਬਾਣੀ ਹੈ, ਇਹ ਪਰਮੇਸ਼ਰ ਦੀ ਬਾਣੀ ਹੈ, ਇਤਿਹਾਸ ਗੁਰੂ ਦਾ ਹੈ ਪਿਆਰੇ, ਸਿਲਸਿਲਾ ਗੁਰੂ ਦੀ ਹੈ। ਹੁਣ ਸਤਿਗੁਰ ਦੀ ਬਾਣੀ ਕਹਿੰਦੀ ਹੈ ਹਰਨ ਪਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜੇ ਚਾਹੇ ਤੇ ਖਿਨ ਦੇ ਵਿੱਚ ਰਾਜੇ ਨੂੰ ਭਖਾਰੀ ਅਤੇ ਭਖਾਰੀ ਨੂੰ ਰਾਜਾ ਬਣਾ ਸਕਦਾ। ਸ਼ੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਕਹਾ, ਕਾ ਖਾਂ ਤੇਨਾ ਮਾਸ ਪਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ, ਕੀੜਾ ਥਾਪ ਦੇ ਪਾਤਸ਼ਾਹੀ। ਇੱਕ ਤੇ ਕੀਟ ਰਾਜ ਦੀ ਸਾਖੀ ਆਉਂਦੀ ਹੈ ਪੁਰਾਤਨ ਜਨਮ ਸਾਖੀ ਵਿੱਚ ਵੀ ਉਹ ਧਰਤੀ ਵਿੱਚੋਂ ਜ਼ਹਿਰ ਬਿੱਖ ਵੀ ਲੈ ਆਉਂਦੇ, ਅੰਮ੍ਰਿਤ ਵੀ ਲਿਆਉਂਦੇ ਆ, ਕਿਵੇਂ ਬਾਦਸ਼ਾਹ ਦੀਆਂ ਫੌਜਾਂ ਖਤਮ ਕਰਦੇ, ਜਿਉਂਦਿਆਂ ਕਰਦੇ। ਦੂਸਰਾ ਹੈ ਕਿ ਕੀੜਾ ਥਾਪ ਦੇ ਪਾਤਸ਼ਾਹੀ, ਜਿਹੜਾ ਮਨੁੱਖ ਸੰਸਾਰ ਦੇ ਪੈਰਾਂ ਥੱਲੇ ਕੀੜਿਆਂ ਮਕੌੜਿਆਂ ਨੂੰ ਰੋਲਦਾ, ਜੇ ਉਸ ਮਾਲ ਦੀ ਨਦਰ ਹੋਵੇ ਤਾਂ ਉਹਨੂੰ ਬਾਦਸ਼ਾਹੀ ਦੇ ਦਿੰਦਾ। ਅਮਰੀਕਾ ਦਾ ਇੱਕ ਰਾਸ਼ਟਰਪਤੀ ਹੋਇਆ ਲਿੰਕਨ, ਅਤੇ ਇਹ ਤੁਰਿਆ ਜਾਂਦਾ ਸੀ, ਅਤੇ ਗਰੀਬ ਘਰ ਮੋਚੀ ਪਰਿਵਾਰ ਦਾ ਲੜਕਾ ਸੀ, ਅਤੇ ਅੱਗੇ ਕੀ ਦੇਖਿਆ ਕਿ ਮਨੁੱਖਾਂ ਦੀ ਔਰਤਾਂ ਦੀ ਮੰਡੀ ਲੱਗੀ ਹੋਈ ਹੈ। ਉਹਨਾਂ ਨੌਜਵਾਨ ਬੀਬੀਆਂ ਨੂੰ ਕੋਈ ਟੋਹ ਕੇ ਦੇਖਦਾ, ਕੋਈ ਭਾਰ ਚੁਕਾ ਕੇ ਦੇਖਦਾ, ਕੋਈ ਦੜਾ ਕੇ ਦੇਖਦਾ, ਉਹਨਾਂ ਖਰੀਦਣਾ
ਤੇ ਇਹਦੀਆਂ ਅੱਖਾਂ 'ਚ ਹੰਝੂ ਆ ਗਏ, ਇਹਦੀਆਂ ਅੱਖਾਂ 'ਚ ਹੰਝੂ ਹੋ ਗਏ। ਮੇਰੇ ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਜਲਦਾ ਬਲਦਾ ਦੇਖਿਆ ਸੀ ਅਤੇ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕੀਤਾ। ਮੇਰੇ ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਚੱਕਰ ਲਾਇਆ ਅਤੇ ਨਾਨਕਪੁਰੀ ਟਾਂਡਾ ਸਾਹਿਬ ਜਿੱਥੇ ਕਾਰ ਸਾਡੇ ਮਹਾਂਪੁਰਸ਼ਾਂ ਦੀ ਸੇਵਾ ਚੱਲ ਰਹੀ ਹੈ। ਪਿਆਰਿਓ, ਇੱਥੇ ਦੋ ਘੋੜਿਆਂ ਤੋਂ ਵਿਕੇ ਸੀ, ਇੱਥੇ ਵੀ ਬੰਦਿਆਂ ਦੀ ਮੰਡੀ ਲੱਗਦੀ ਸੀ, ਪਰ ਦੂਜਿਆਂ ਨੂੰ ਛਡਾਉਣ ਵਾਸਤੇ ਆਪ ਵਿਕੇ ਸਨ ਮੇਰੇ ਸੱਚੇ ਪਾਤਸ਼ਾਹ। ਜੇ ਗੁਰੂ ਨਾਨਕ ਸਾਹਿਬ ਬਾਬਰ ਦੀ ਜੇਲ੍ਹ ਵਿੱਚ ਗਏ ਨੇ ਅਤੇ ਕੈਦੀਆਂ ਨੂੰ ਛਡਾਉਣ ਵਾਸਤੇ ਗਏ ਨੇ ਪਿਆਰੇ, ਅਤੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਦਾ ਦਿਲ ਨਰਮ ਹੁੰਦਾ, ਅਤੇ ਸਤਿਗੁਰੂ ਜਿਹੜੇ ਆਪ ਪਰਮੇਸ਼ਰ ਉਹ ਤਾਂ ਸਦਾ ਹੀ ਬਖਸ਼ਾਂ ਕਰਨ ਵਾਲੇ ਦਿਆਲ ਨੇ। ਖੈਰ, ਲਿੰਕਨ ਨੇ ਕਿਹਾ, ਹੇ ਗੋਡ, ਜੇ ਕਿਤੇ ਮੈਨੂੰ ਸ਼ਕਤੀ ਦੇਵੇਂ ਨਾ ਤਾਂ ਸਭ ਤੋਂ ਪਹਿਲਾਂ ਮੈਂ ਇਹ ਕੰਮ ਕਰਾਂਗਾ ਕਿ ਆਹ ਲੋਕ ਜਿਹੜੇ ਗੁਲਾਮ ਨੇ ਇਹਨਾਂ ਨੂੰ ਮੈਂ ਯਾਦ ਕਰਾਂਗਾ, ਇਹਨਾਂ ਨੂੰ ਮੈਂ ਯਾਦ ਕਰਾਂਗਾ। ਦਾਸ ਨੂੰ ਸਮਾਂ ਮਿਲਦਾ ਹੈ ਅਮਰੀਕਾ, ਕਨੇਡਾ, ਇੰਗਲੈਂਡ ਜਾਣ ਦਾ, ਆਸਟ੍ਰੇਲੀਆ, ਅਫਰੀਕਾ ਵੀ, ਅਤੇ ਅਮਰੀਕਾ ਵਿੱਚ ਮੈਂ ਗੱਲ ਸੁਣ ਕੇ ਹੈਰਾਨ ਹੋ ਗਿਆ ਵੀ ਉਹ ਅਫਰੀਕਾ ਦੇ ਕਾਲੇ ਲੋਕਾਂ ਨੂੰ ਲਿਆਉਂਦੇ ਸਨ, ਬੇੜੇ ਲਾ ਕੇ ਬੰਨ੍ਹ ਕੇ ਲਿਆਉਂਦੇ ਸੀ, ਅਤੇ ਉਹਨਾਂ ਕੋਲੋਂ ਕੰਮ ਕਿੱਥੋਂ ਕਿੱਥੋਂ ਤੱਕ ਵੀ ਹੜਾਂ ਅੱਗੇ ਵੀ ਉਹਨਾਂ ਨੂੰ ਜਿਉਂਦੇ ਰਹੇ ਡੰਗਰਾਂ ਨੂੰ, ਹੜਾਂ ਅੱਗੇ ਵੀ ਜਿਉਂਦੇ ਰਹੇ, ਔਰ ਉਹਨਾਂ ਕੋਲੋਂ ਗੁਲਾਮ ਨੌਜਵਾਨ ਬੀਬੀਆਂ, ਨੌਜਵਾਨ ਬੰਦੇ ਉਹਨਾਂ ਕੋਲੋਂ ਕਿਵੇਂ ਕੰਮ ਲੈਂਦੇ ਸਨ। ਉਹ ਲਿੰਕਨ ਨੇ ਕਿਹਾ, ਹੇ ਗੋਡ, ਮੈਂ ਇਹਨਾਂ ਨੂੰ ਆਜ਼ਾਦ ਕਰਾਉਂਗਾ। ਸਮਾਂ ਆਇਆ, ਰੱਬ ਨੇ ਸੁਣੀ ਅਤੇ ਇਹ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ। ਸਭ ਤੋਂ ਪਹਿਲਾਂ ਇਹਨੇ ਕੰਮ ਕੀ ਕੀਤਾ, ਇਹਨੇ ਉਹ ਲੋਕ ਆਜ਼ਾਦ ਕੀਤੇ, ਬਰਾਬਰਤਾ ਲਿਆਂਦੀ। ਅਤੇ ਮੇਰੇ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਸੰਸਾਰ ਨੂੰ ਕਿਹਾ, ਏਕ ਪਿਤਾ ਏਕ ਸ਼ਕੇ ਹਮ ਵਾਰਗ ਤੂੰ ਮੇਰਾ ਗੁਰਹਾਇ, ਬਰਾਬਰਤਾ। ਜਾਤ ਪਾਤ ਊਚ ਨੀਚ ਦਾ ਸਵਾਲ ਮੇਰੇ ਸਤਿਗੁਰੂ ਨੇ ਖਤਮ ਕੀਤਾ। ਪਿਆਰਿਓ, ਸਾਰਿਆਂ ਦੇ ਵਿੱਚ ਇੱਕ ਜੋਤ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਉਪਜਿਆ ਕੌਣ ਭਲੇ ਘੁੰਮਣ ਦੇ। ਉਹ ਪੰਜਾਂ ਤੱਤਾਂ ਦੇ ਸਰੀਰ ਬਣੇ ਸਾਰੇ, ਸਭਨਾ ਦੀ ਕੋ ਜੋਤ ਹੈ, ਤੱਤਾਂ ਦੇ ਸਰੀਰ ਬਣੇ ਸਾਰੇ, ਸਭਨਾ ਦੀ ਕੋ ਜੋਤ ਹੈ। ਧੰਨ ਸਤਿਗੁਰੂ। ਊਚ ਨੀਚ ਜਾਤ ਪਾਤ ਖਤਮ ਕਰਕੇ ਇੱਕ ਸੰਗਤ ਤੇ ਇੱਕ ਪੰਗਤ ਵਿੱਚ ਮੇਰੇ ਸਤਿਗੁਰੂ ਨੇ ਬਿਠਾ ਲਿਆ ਪਿਆ, ਇਹ ਬਖਸ਼ਿਸ਼ ਗੁਰੂ ਦੀ ਹੈ। ਹੁਣ ਇਹ ਜਿਹੜਾ ਲਿੰਕਨ ਸੀ ਨਾ, ਇਹਨੇ ਆਜ਼ਾਦ ਕੀਤੇ ਵੀ ਸਭ ਬਰਾਬਰਤਾ, ਰੌਲਾ ਪੈ ਗਿਆ ਉੱਥੇ। ਕਹਿੰਦੇ ਉਹ ਮੋਚੀ ਦਾ ਲੜਕਾ, ਇਹਨੇ ਕੰਮ ਉਹੀ ਕੀਤਾ ਨਾ। ਲਿੰਕਨ ਨੇ ਗੁੱਸਾ ਨਹੀਂ ਕੀਤਾ, ਠੰਮੇ ਨਾਲ ਜਦੋਂ ਸਮਾਂ ਮਿਲਿਆ ਕਹਿਣ ਲੱਗਾ, ਹਾਂ ਮੇਰੀ ਗੱਲ ਸੁਣੋ, ਮੇਰਾ ਪਿਤਾ ਮੋਚੀ ਸੀ, ਅਤੇ ਜਿਹੜੀ ਅਗਲੀ ਗੱਲ ਉਹਨੇ ਕਹੀ, ਉਹਨੇ ਕਿਹਾ ਮੇਰਾ ਪਿਤਾ ਮੇਰੇ ਨਾਲੋਂ ਚੰਗਾ ਸੀ। ਧਿਆਨ ਦੇਣਾ ਜਰਾ, ਆਹ ਬਹੁਤ ਸਾਲਾਂ ਦੀ ਗੱਲ ਹੈ। ਕਿਸੇ ਦਾ ਲੜਕਾ, ਕਿਸੇ ਪਿਤਾ ਨੇ ਮਿਹਨਤ ਕਰ ਕਰਕੇ ਆਪਣੇ ਲੜਕੇ ਨੂੰ ਪੜ੍ਹਾਇਆ ਅਤੇ ਕੰਪਨੀ ਵਿੱਚ ਮੈਨੇਜਰ ਲੱਗ ਗਿਆ, ਅਤੇ ਉਹਦਾ ਪਿਤਾ ਸਮੇਂ ਆਏ ਅਤੇ ਮਿਲਣ ਗਿਆ, ਅਤੇ ਹੁਣ ਬਜ਼ੁਰਗਾਂ ਦੇ ਕੱਪੜੇ ਆਪਾਂ ਜਾਣਨੇ ਹੀ ਆ ਪਿਆਰੇ, ਸਾਦੇ ਕੱਪੜੇ ਪਾਉਂਦੇ, ਸਾਦਾ ਖਾਣਾ,
ਅੱਜ ਕੱਲ੍ਹ ਦਾ ਹਾਲ ਤੁਸੀਂ ਜਾਣਦੇ ਹੀ। ਖੈਰ ਇਹ ਵਿਚਾਰੇ ਦੇ ਸਿੱਧੇ ਜੇ ਕੱਪੜੇ ਸੀ ਅਤੇ ਪੁੱਤਰ ਨੂੰ ਮਿਲਣ ਗਿਆ ਅਤੇ ਮਿਲ ਕੇ ਅਤੇ ਜਦੋਂ ਆ ਗਿਆ ਅਤੇ ਦੂਜਿਆਂ ਨੇ ਪੁੱਛਿਆ ਇਹ ਕੌਣ ਸੀ ਅਤੇ ਇਹਨੇ ਪਤਾ ਕੀ ਕਿਹਾ, ਕਹਿੰਦਾ ਇਹ ਸਾਡੇ ਫਾਰਮ 'ਤੇ ਨਾ ਨੌਕਰ ਰਹਿੰਦਾ ਆ, ਨੌਕਰ ਮਿਲਣ ਆਇਆ ਸੀ। ਲੱਖ ਲਾਹਨਤ ਹੈ ਜੀਵਨ ਨੂੰ ਜਿਸ ਪਿਤਾ ਨੇ ਜਿਨ੍ਹਾਂ ਨੇ ਜਨਮ ਦਿੱਤਾ, ਪਾਲਿਆ, ਪੜ੍ਹਾਇਆ, ਦੁੱਖ ਸੁੱਖ ਦੁੱਖ ਝੱਲੇ ਅਤੇ ਅੱਜ ਇਹ ਆਖਣ 'ਚ ਵੀ ਸ਼ਰਮ ਹੈ, ਕਹਿਣਗੇ ਵੀ ਸਾਦੇ ਜਿਹੇ ਕੱਪੜੇ ਪਾਏ ਆ, ਇਹ ਸਾਡਾ ਨੌਕਰ ਹੈ। ਦੇਖੋ ਉਹ ਜਿਹਦੇ ਘਰ ਵਿੱਚ ਮਾਂ ਪਿਓ ਜਿਉਂਦਾ ਹੋਵੇ ਉਹਨੂੰ ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ, ਉਹਨੂੰ ਕਿਸੇ ਤੀਰਥ 'ਤੇ ਜਾਣ ਦੀ ਲੋੜ ਨਹੀਂ। ਲਿੰਕਨ ਕਹਿੰਦਾ ਮੇਰਾ ਪਿਤਾ ਮੋਚੀ ਸੀ ਪਰ ਮੇਰੇ ਨਾਲੋਂ ਚੰਗਾ ਸੀ। ਅਗਲੀ ਗੱਲ ਉਹਨੇ ਕਹੀ, ਮੇਰਾ ਪਿਤਾ ਜਿਹੜੀ ਜੁੱਤੀ ਜੋੜਾ ਬਣਾਉਂਦਾ ਸੀ ਜੇ ਕਹਿੰਦਾ ਸੀ 6 ਮਹੀਨੇ ਚਲੇ ਗਿਆ ਅਤੇ ਸਾਲ ਚੱਲਦਾ ਸੀ, ਉਹਦੀ ਨੇਕ ਕਮਾਈ ਸੀ। ਪਿਆਰਿਆ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਦੀ ਜਾਤ ਪਾਤ ਨਹੀਂ ਦੇਖੀ, ਇੱਥੇ ਪ੍ਰੇਮ ਅਤੇ ਸੱਚ ਦੇਖਿਆ। ਇਸ ਗੁਰੂ ਦੀ ਗੋਦ 'ਚ ਪਿਆਰਿਓ ਜੋੜੇ ਗੰਢਣ ਵਾਲਾ ਵੀ ਰੱਬ ਬਣ ਕੇ ਬੈਠਾ ਭਗਤ ਰਵਿਦਾਸ ਜੀ। ਇਸ ਗੁਰੂ ਦੀ ਗੋਦ 'ਚ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਚੰਦੇ ਛਾਪਣ ਵਾਲੇ ਨਾਮਦੇਵ ਜੀ, ਬੁਣਨਾ ਤਰਨਾ ਤਿਆਗ ਹੈ ਪ੍ਰੀਤ ਚਰਨ ਕਬੀਰਾ, ਨੀਚ ਕਦਾ ਜਲਾਹਰੋ ਭਇਓ ਗੁਣੀ ਗਹੀਰਾ। ਭਗਤ ਕਬੀਰ ਜੀ ਜਲਾਹੇ ਰਵਿਦਾਸ ਭਗਤਾ ਢੋਰ ਨੀ ਤਿੰਨ ਤਿਆਗੀ, ਮਾਇਆ ਪ੍ਰਗਟ ਹੋਵਾ ਸਾਧ ਸੰਗ। ਕਹਿੰਦੇ ਉਹ ਰਵਿਦਾਸ ਜੋੜੇ ਗੰਢਣ ਵਾਲਾ, ਪ੍ਰਗਟ ਹੋਵਾ ਸਾਧ ਸੰਗ ਦਰਸ਼ਨ ਪਾਇਆ, ਭਗਤ ਰਵਿਦਾਸ ਜੀ ਬੈਠੇ ਜੋੜੇ ਗੰਢਣ ਵਾਲੇ। ਸੈਣ ਆਈ ਬਦਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਪ ਬ੍ਰਹਮ ਭਗਤਾ ਮੈਂ ਗਣਿਆ। ਸੈਣ ਜੀ ਬੈਠੇ ਹੈ ਨਾਈ ਬਰਾਦਰੀ ਵਾਲੇ, ਇਹ ਵੀ ਤਾਂ ਸੁਣ ਕੇ ਜੱਟ ਰੋ ਧੰਨਾ ਭਗਤ ਜੀ, ਅਤੇ ਉਹਨਾਂ ਜਿਹਦੇ ਨਾਮ ਦੀ ਮਹਿਮਾ ਸੁਣੀ ਅਤੇ ਉਹ ਵੀ ਗੁਰੂ ਵਾਲੇ ਬਣੇ ਨਾਮ ਜਪਿਆ, ਇਹ ਬਿਲ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤਾ ਗੁਸਾਈਆਂ ਧੰਨਾ ਵਡ ਭਾਗਾ। ਜਦੋਂ ਅਸੀਂ ਭਗਤਾਂ ਦੇ ਨਾਮ ਪੜ੍ਹਦੇ ਹਾਂ, ਕਿਤੇ ਬਾਬਾ ਫਰੀਦ ਭਗਤ ਕਬੀਰ ਜੀ, ਕਿਤੇ ਬ੍ਰਾਹਮਣ ਕੁਲ ਵਿੱਚੋਂ, ਕਿਤੇ ਨਾਈ ਕੁਲ ਵਿੱਚੋਂ, ਕਿਤੇ ਚਮਿਆਰ ਜਾਤ ਪਹਿਲੀਆਂ, ਪਰ ਪਿਆਰੇ ਉਹ ਰੱਬ ਰੂਪ ਹੋ ਕੇ ਗੁਰੂ ਦੀ ਗੋਦ 'ਚ ਬੈਠੇ ਨੇ। ਕਦੀ ਉਹ ਲੜੇ ਨੇ ਆਪਸ ਵਿੱਚ, ਕਦੀ ਗੁੱਸੇ ਹੋਏ ਨੇ, ਉੱਥੇ ਕਿਤੇ ਜਾਤ ਪਾਤ ਦਾ ਸਵਾਲ ਹੈ? ਬਿਲਕੁਲ ਨਹੀਂ। ਇਹ ਵਡਿਆਈ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ। ਪਿਆਰ ਉਹਨਾਂ ਨੇ ਆਪਣੀ ਜਾਤ ਨਹੀਂ ਛਪਾਈ ਭਗਤ ਕਬੀਰ ਨੇ, ਭਗਤ ਰਵਿਦਾਸ ਜੀ ਨੇ। ਉਹਨੇ ਕਿਹਾ ਠੀਕ ਹੈ ਸਕੂਲ 'ਚ ਹੋਏ ਆ, ਪਰ ਮਹਿਮਾ ਨਾਮ ਦੀ ਹੈ। ਜਿੱਥੇ ਧਰਮ ਹੈ, ਜਿੱਥੇ ਨਾਮ ਹੈ, ਜਿੱਥੇ ਸੱਚ ਹੈ, ਉੱਥੇ ਜਾਤ ਪਾਤ ਦੀ ਕੋਈ ਗੱਲ ਨਹੀਂ। ਪਿਆ ਮੇਰੇ ਸਤਿਗੁਰ ਨੇ ਬਖਸ਼ਾਂ ਕੀਤੀਆਂ ਨੇ। ਹੁਣ ਉਸ ਗੁਰੂ ਪਰਮੇਸ਼ਰ ਖਿਨ ਮੈਂ ਨੀਚ ਕੀਟ ਕੋ ਰਾਜ, ਜੇ ਇੱਕ ਛੋਟੇ ਬੱਚੇ ਨੇ ਜਿਹੜਾ ਛੋਲਿਆਂ ਦੇ ਖੇਤ ਦਾ ਰਾਖਾ ਸੀ ਅਤੇ ਪਿਆਰਿਓ ਹੋਲਾਂ ਗੁਰੂ ਨਾਨਕ ਸਾਹਿਬ ਨੂੰ ਛਕਾਈਆਂ ਸੀ ਅਤੇ ਉਹ ਸੁਲਤਾਨ ਬਾਦਸ਼ਾਹ ਬਣ ਗਿਆ। ਪੁਰਾਤਨ ਜਨਮ ਸਾਖੀ ਵਿੱਚ ਆਉਂਦਾ, ਗੁਰੂ ਗ੍ਰੰਥ ਸਾਹਿਬ 'ਚ ਬਚਨ ਨਹੀਂ ਆਉਂਦਾ, 70-13 ਲੇਫ ਨਿਹਾਲੀ ਭਾਉ ਤੇਰਾ ਪਕਵਾਨ, ਨਾਨ ਸਿਫਤ ਨੇ ਤਿਰਤਿਆ ਆਹ ਬੈਠ ਸੁਲਤਾਨ। ਉਹ ਸੁਲਤਾਨ ਬਾਦਸ਼ਾਹ ਹੋਇਆ। ਜੇ ਗੁਰੂ ਰਾਏ ਸ਼ਾਹ ਮਹਾਰਾਜ ਮਾਲਵੇ ਦੇ ਇਲਾਕੇ ਵਿੱਚ ਨੇ ਅਤੇ ਗੁਰੂ ਦਰਬਾਰ ਸਜਿਆ ਹੋਇਆ ਅਤੇ ਦੋ ਬੱਚੇ ਆਏ ਗੁਰੂ ਦਰਬਾਰ ਵਿੱਚ, ਤਾਂ ਤੇ ਕੱਪੜੇ ਨਹੀਂ, ਪੇਟ ਤੋਂ ਭੁੱਖਿਆ ਅਤੇ ਪੇਟ 'ਤੇ ਹੱਥ ਮਾਰਦੇ ਆ, ਵਜਾਉਂਦੇ ਆ ਪੇਟ ਨੂੰ, ਢਿੱਡ ਨੂੰ। ਗੁਰੂ ਰਾਏ ਸਾਹਿਬ ਮਹਾਰਾਜ ਕਹਿੰਦੇ ਚੌਧਰੀ ਇਹ ਕੌਣ ਕਿਹੜੇ ਬੱਚੇ ਨੇ? ਚੌਧਰੀਆਂ ਦਾ ਸੱਚੇ ਪਾਤਸ਼ਾਹ ਮੇਰੇ ਭਤੀਜੇ ਨੇ, ਇਹ ਮੇਰੇ ਭਤੀਜੇ ਨੇ। ਦੇਖੋ ਅੱਤ ਦੀ ਗਰੀਬੀ ਹੈ, ਨਾ ਤਨ 'ਤੇ ਕੱਪੜਾ ਅਤੇ ਨਾ ਖਾਣ ਨੂੰ ਭੋਜਨ। ਅਤੇ ਮੇਰੇ ਗੁਰੂ ਰਾਏ ਸਾਹਿਬ ਦਿਆਲ ਸਤਿਗੁਰੂ ਨੇ ਪਤਾ ਕੀ ਕਿਹਾ ਸੀ, ਚੌਧਰੀ ਜਿਹੜੇ ਅੱਜ ਗੁਰੂ ਨਾਨਕ ਸਾਹਿਬ ਦੇ ਦਰਬਾਰ 'ਚ ਆਏ ਨੇ, ਜਿਨ੍ਹਾਂ ਦੇ ਤਨ 'ਤੇ ਕੱਪੜਾ ਨਹੀਂ, ਖਾਣ ਨੂੰ ਭੋਜਨ ਨਹੀਂ, ਇਹਨਾਂ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ, ਜਮਨਾ ਤੱਕ ਰਾਜ ਹੋ ਗਿਆ, ਰਾਜ ਬਖਸ਼ ਦਿੱਤਾ। ਮੈਂ ਬੇਨਤੀ ਜਿਹੜੀ ਕਰ ਰਿਹਾ ਸੀ ਨਾ, ਜਦੋਂ ਸਤਿਗੁਰ ਦੀ ਬਾਣੀ ਪੜ੍ਹਨੇ ਆ, ਨਮਸਕਾਰ ਕਰੀਏ, ਅਸੀਂ ਕੀ ਹਾਂ ਅਤੇ ਅਸੀਂ ਆਪਣੀ ਵਿਚਾਰ ਅੱਗੇ ਨਹੀਂ ਰੱਖ ਸਕਦੇ, ਸਾਨੂੰ ਕੀ ਹੁਕਮ ਹੈ? ਜੇ ਸਾਗਰ ਸੋ ਨਾ ਹੀ ਚਾਰਾ ਤਾਂ ਕੋ ਕੀਜਾ ਸਰ ਨਮਸਕਾਰ ਆ, ਅਤੇ ਜੇ ਅਸੀਂ ਕੀ ਹਾਂ
ते गुरु से पूछिए ते मार के जाप पाल लिया करो। हम मैले तुम उज्जल करते, हम निर्गुण तुम दाता, हम मूर्ख तुम चतुर सियाने, तू सर्व कला का ज्ञाता। माधो हम ऐसे तू ऐसा, हम पापी तुम पाप खंडी को ठाकर देसा। हम सर दीन दयाल ना तुम सर, अब प्यार क्या कीजे, बचनी तोर मोर मन माना जन को पूर्ण दीजे। हम बल बल जाओ रमैया कारने, कारण कौन अबोल, बहुत जन्म बिछड़े थे माधो जन्म तुम्हारे लेखे, कैर उदास आस लग जीवो, चिर पयो दर्शन दे। तेरे वर्गा ना दयाल सच्चे पातशाह, मेरे वर्गा पापी कोई ना, वर्गा ना दयाल सच्चे पातशाह, मेरे वर्गा पापी कोई ना, मेरे वर्गा ना दयाल सच्चे पातशाह, मेरे वर्गा पापी जिसले सतगुरु की असी बाणी पढ़ने, गुरु इतिहास पढ़ ते सुनने, उदो ये सामने बचन रखो असी की हाँ। सतगुरु समर्थ आप मेरा अनकलाता जग में परवारे, ऐसे सतगुरु ते सतगुरु दे बचन गुरु का इतिहास जे ते दुनियावी विचार नाल ते उत्थे की होएगा भी मै सच्चे पातशाह गुरु तेग बहादुर मार नूं मजबूरी सी आसाम जाना सी तां छड्ड गए, ये गल नहीं सी। गुरु नानक साहब का बचन सी साल सराए हुण नहीं दसवें जामे तेरे घर आवांगे, ते जिथे गुरु दसम पातशाह का प्रकाश होया ना वो साल सराए का घर हवेली है प्यारे, उत्थे प्रकाश होया वो बचन पूरा करना सी। ते संगतां जिधर हवा लंघदी है ना सुगंधियां सुगंधियां, ते संगतां शब्द पढ़दियां परमेश्वर दिता बन्ना दुख रोका डेरा भन्ना, आनंद करह नर नारी हर हर प्रभ कृपा तारी, संतो सुख हुआ सब थाई पाप ब्रह्म पूर्ण परमेश्वर रावरिया सबने जाई, तुरकी बाणी आई तिन सगली चिंद मिटाई, दयाल पुरख मेहरबाना हर नान साच वखाना। ते भाई साहब भाई संतोख सिंह जी लिखते ने पसरे अंधकार अधर्म महादिड, एक बार सदीन पलाए सम सूरज के अवतार भयो, हमसे जान पंकज को बिकसाए। कहते संसार अंदर अंधकार छाया होया सी, जिवें सूरज तो बगैर नेरा होंदा ते सूरज चढ़दा ते प्रकाश हो जांदा, इवें जदों दसम पातशाह दा पटना साहिब दी पावन धरती ते प्रकाश होया, सच दा सूरज चढ़िया ते जिहड़ा अंधकार सी ओह दूर हो गया, ओह दूर होया कूड़ अंधेरा, सच दा सूरज चढ़िया होया कूड़ अंधेरा, सच दा सूरज चढ़िया
ਦਾ ਸੂਰਜ ਚੜਿਆ ਸੀ, ਸੂਰਜ ਚੜਿਆ ਸੀ ਸੱਚ ਦਾ ਸੂਰਜ ਚੜਿਆ ਸੀ, ਸੂਰਜ ਚੜਿਆ ਸੀ ਸੱਚ ਦਾ ਸੂਰਜ ਚੜਿਆ ਸੀ, ਸੱਚ ਦਾ ਸੂਰਜ ਚੜਿਆ ਸੀ, ਸੱਚ ਦਾ ਸੂਰਜ ਚੜਿਆ ਜੀ। ਭਾਈ ਗੁਰਦਾਸ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹੋਏ ਲਿਖਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰੇ ਪਲੋਵਾ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ, ਦਸੋਂ ਪਾਸ਼ ਦਾ ਪ੍ਰਕਾਸ਼ ਹੋਇਆ, ਸੱਚ ਦਾ ਸੂਰਜ ਚੜ ਗਿਆ, ਸਾਰੇ ਪਾਸੇ ਵਧਾਈਆਂ ਤੇ ਖੁਸ਼ੀਆਂ ਨੇ। ਮਾਤਾ ਦਾਦੀ ਮਾਤਾ ਨਾਨਕੀ ਜੀ, ਮਾਤਾ ਜੀ ਮਾਤਾ ਗੁਜਰ ਕੌਰ ਜੀ ਨੇ ਤੇ ਦਾਦੀ ਮਾਤਾ ਮਾਤਾ ਨਾਨਕੀ ਜੀ ਦਸਮ ਪਾਤਸ਼ਾਹ, ਉਹਨਾਂ ਨੇ ਚਿੱਠੀ ਲਿਖ ਕੇ ਗੁਰਸਿੱਖਾਂ ਦੇ ਹੱਥ ਭੇਜੀ ਤੇ ਉਸ ਵੇਲੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਧੋਬੜੀ ਸਾਹਿਬ ਸਨ। ਧੋਬੜੀ ਸਾਹਿਬ ਦੇ ਦਾਸ ਨੇ ਦਰਸ਼ਨ ਕੀਤੇ ਹੈ ਪਿਆਰਿਓ, ਦਰਿਆ ਦੇ ਕੰਢੇ ਤੇ ਹੈ, ਤੇ ਦੂਰੋਂ ਦੂਰੋਂ ਸੰਗਤਾਂ ਉੱਥੇ ਨਮਸਕਾਰ ਕਰਨ ਆਉਂਦੀਆਂ। ਜਿਸ ਵੇਲੇ ਇਹ ਚਿੱਠੀ ਗੁਰਸਿੱਖ ਲੈ ਕੇ ਗਏ ਨੇ ਤੇ ਸੰਗਤਾਂ ਇੱਕ ਦੂਸਰੇ ਨੂੰ ਵਧਾਈਆਂ ਦਿੰਦੇ, ਨੌਵੇਂ ਸਤਿਗੁਰੂ ਨਮਸਕਾਰਾਂ ਕਰਦੀਆਂ ਨੇ ਤੇ ਨੌਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਹ ਬਚਨ ਕੀਤਾ, ਦਸਮ ਪਾਤਸ਼ਾਹ ਦਾ ਨਾਂ ਗੋਬਿੰਦ ਸਿੰਘ ਰੱਖਿਆ। ਉਹ ਗਊ ਗਰੀਬ ਦੀ ਕਰੇਗਾ ਰੱਖਿਆ, ਨਾਉ ਗੋਬਿੰਦ ਰਾਏਸ਼ਰਾ ਕਰੇਗਾ ਰੱਖਿਆ, ਨਾਉ ਗੋਬਿੰਦ ਰਾਏ ਕਰੇਗਾ ਰੱਖਿਆ, ਨਾਉ ਗੋਬਿੰਦ ਰਾਏਸ਼ਰੀ ਕਰੇਗਾ ਰੱਖਿਆ, ਨਾਉ ਗੋਬਿੰਦ ਰਾਏ। ਜਾਤੇ ਗੋਬਿੰਦ ਨਾਮ ਉਚਾਰਾ, ਜੋ ਹੋਏ ਚਹੁ ਕੁੰਡਨ ਵਿਸਤਾਰਾ। ਗੋਬਿੰਦ ਰਾਏ ਨਾਮ ਰੱਖਿਆ, 1699 ਵਿਸਾਖੀ ਨੂੰ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਫਿਰ ਸਿੰਘ ਨਾਮ ਲੱਗਾ, ਪਹਿਲਾਂ ਗੋਬਿੰਦ ਰਾਏ। ਇੱਧਰ ਬਾਲਾ ਪ੍ਰੀਤਮ ਦਸਮ ਪਾਤਸ਼ਾਹ ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਤੇ ਇਤਿਹਾਸ ਦੱਸਦਾ ਪੀਰ ਭੀਖਣ ਸ਼ਾਹ ਕੜਾਮ ਦਾ, ਇਹਨੇ ਅੱਜ ਚੜ੍ਹਦੇ ਨੂੰ ਮੂੰਹ ਕਰਕੇ ਨਾ
ਅਤੇ ਨਮਾਜ਼ ਪੜ੍ਹੀ ਹੈ, ਸਿਜਦਾ ਕੀਤਾ। ਆਮ ਮੁਸਲਮਾਨ ਵੀਰ ਕੀ ਕਰਦੇ ਆ, ਲਹਿੰਦੇ ਨੂੰ ਮੂੰਹ ਕਰਕੇ ਨਮਾਜ਼ ਪੜ੍ਹਦੇ ਆ। ਜਿੰਨੀਆਂ ਮਸਜਿਦਾਂ ਹੋਣਗੀਆਂ, ਈਦਗਾਹ ਇਸੇ ਹਿਸਾਬ ਨਾਲ ਬਣਦੀਆਂ ਨੇ ਕਿ ਜਦੋਂ ਉਹ ਨਮਾਜ਼ ਪੜ੍ਹਨ ਅਤੇ ਉਹਨਾਂ ਦਾ ਮੂੰਹ ਲਹਿੰਦੇ ਨੂੰ ਹੋਵੇ। ਉਹਨਾਂ ਦਾ ਭਰੋਸਾ ਹੈ ਕਾਬੇ 'ਤੇ, ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅਲੈ ਮਕਾਮਾ। ਅਤੇ ਗੁਰੂ ਸਾਹਿਬ ਨੇ ਤਾਂ ਕਿਰਪਾ ਕੀਤੀ ਹੈ ਕਿ ਉਹ ਵਾਹਿਗੁਰੂ ਹਰ ਥਾਂ ਹੈ, ਆਪ ਹੀ ਇੱਕ ਤੋਂ ਅਨੇਕ ਰੂਪ ਧਾਰਨ ਕੀਤੇ ਨੇ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ। ਖੈਰ, ਭੀਖਣ ਸ਼ਾਹ ਨੂੰ ਮਰੀਦਾਂ ਨੇ ਪੁੱਛਿਆ ਵੀ ਦਿਸ਼ਾ ਭ੍ਰਮਤ ਨਹੀਂ ਹੋ ਗਿਆ? ਉਹਨੇ ਕਿਹਾ ਨਹੀਂ, ਜਿਸ ਅੱਲਾਹ ਤਾਲਾ ਵੱਲ ਮੈਂ ਪੱਛਮ ਨੂੰ ਮੂੰਹ ਕਰਕੇ ਸਿੱਧਾ ਕਰਦਾ ਸੀ, ਮੇਰਾ ਅੱਲਾਹ ਤਾਲਾ ਪੂਰਬ ਵੱਲ ਆ ਗਿਆ, ਸਰਗਨ ਸਰੂਪ ਧਾਰਨ ਕਰ ਮਰੀਦਾਂ ਨੂੰ ਨਾਲ ਲੈ ਕੇ 3 ਮਹੀਨਿਆਂ ਵਿੱਚ ਪਹੁੰਚਿਆ ਹੈ। ਦੇਖੋ ਸ਼ਰਧਾ, ਅਤੇ ਨੇੜੇ ਜਾ ਕੇ ਮੱਥੇ ਟੇਕਦਾ, ਉੱਥੋਂ ਦੀ ਧੂੜੀ ਮੱਥੇ ਨਾਲ ਲਾਉਂਦਾ। ਸਤਿਗੁਰੂ ਦਾ ਬਚਨ ਹੈ ਨਾ, ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਅਤੇ ਜਿੱਥੇ ਰੱਬ ਦਾ ਗੁਰੂ ਪਰਮੇਸ਼ਰ ਦਾ ਪਿਆਰਾ ਬਹਿ ਜਾਂਦਾ, ਜਿੱਥੇ ਬਹਿ ਸੰਸਾਰ ਜਨ ਸੋ ਥਾਨ ਸੁਹੰਦਾ। ਆ ਜਿੰਨੇ ਤੀਰਥ ਬਣੇ ਨੇ, ਚਾਹੇ ਦਰਿਆਵਾਂ ਦੇ ਕੰਢੇ 'ਤੇ ਨੇ, ਕਿਤੇ ਨੇ, ਆਮ ਤੁਸੀਂ ਦੇਖੋ, ਇਹ ਉੱਥੇ ਹੀ ਬਣੇ ਆ ਜਿੱਥੇ ਰੱਬ ਦੇ ਪਿਆਰਿਆਂ ਨੇ ਬੰਦਗੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਆਉਂਦਾ, ਉਹਦੇ ਵਿੱਚ ਸਵਾਲ ਜਵਾਬ ਨੇ। ਪਹਿਲੀ ਅੱਧੀ ਪੰਕਤੀ ਜਿਹੜੀ ਹੈ ਉਹ 'ਚ ਸਵਾਲ ਹੈ ਅਤੇ ਆਖਰੀ ਜਵਾਬ ਹੈ ਹਰ ਪੰਕਤੀ ਦਾ। ਅਤੇ ਉੱਥੇ ਇੱਕ ਜਗ੍ਹਾ ਬਚਨ ਆਉਂਦਾ, ਤੀਰਥ ਬਣਾ ਕੇ ਹਰ ਕਾ ਦਾਸ, ਅਤੇ ਉਹਦਾ ਉੱਤਰ ਹੈ ਹਰ ਕਾ ਦਾਸ। ਹਰ ਪੰਕਤੀ ਦਾ ਇਸੇ ਤਰ੍ਹਾਂ ਹੀ ਕਰਨਾ, ਪਹਿਲਾ ਸਵਾਲ ਹੈ ਨਾਲ ਹੀ ਉੱਤਰ ਹੈ। ਅਤੇ ਉੱਥੇ ਬਚਨ ਆਉਂਦਾ, ਤੀਰਥ ਬਣਾ ਕੇ ਹਰ ਕਾ ਦਾਸ, ਹਰ ਕਾ ਦਾਸ ਜਿੱਥੇ ਰੱਬ ਦੇ ਪਿਆਰੇ, ਅਤੇ ਜਿੱਥੇ ਆਪ ਰੱਬ ਆ ਗਿਆ ਪਿਆਰੇ। ਅਤੇ ਭੀਖਣ ਸ਼ਾਹ ਫਿਰ ਉੱਥੋਂ ਦੀ ਧੂੜੀ ਮੱਥੇ ਨਾਲ ਲਾਉਂਦਾ, ਬਾਰ ਬਾਰ ਸ਼ਹੀਦੇ ਕਰਦਾ, ਆ ਗਿਆ ਹੈ ਪਟਨਾ ਸਾਹਿਬ। ਇਹਨੇ ਬੇਨਤੀ ਕੀਤੀ ਕਿ ਮੈਨੂੰ ਮੇਰੇ ਪਿਆਰੇ ਦੇ ਦਰਸ਼ਨ ਕਰਾ ਦਿਓ। ਦਾਦੀ ਮਾਤਾ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਮਾਮਾ ਕਿਰਪਾਲ ਚੰਦ ਜੀ, ਪਰਿਵਾਰ ਬੈਠ ਕੇ ਹੋਰ ਗੁਰਸਿੱਖ ਵਿਚਾਰ ਕਰਦੇ, ਕਿਤੇ ਧੀਰ ਮੱਲੀਆਂ ਵੱਲੋਂ ਕੋਈ ਐਸੀ ਗੱਲ ਨਾ ਹੋਵੇ। ਦੂਸਰੀ ਸੀ ਕਿ ਉਹਦੀ ਪਰਖ ਸੀ ਇਹਦੀ, ਭੀਖਣ ਸ਼ਾਹ ਦੀ ਅਜੇ ਉਮਰ ਛੋਟੀ ਹੈ, ਬਾਲਾ ਪ੍ਰੀਤਮ ਦੀ ਅਜੇ ਦਰਸ਼ਨ ਨਹੀਂ ਹੋਣੇ। ਆਹ ਧਨ ਪਦਾਰਥ ਮੋਹਰਾਂ ਬਸਤਰ, ਕਹਿੰਦੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਤਾਂ ਮੇਰੇ ਪਿਆਰੇ ਦੇ ਦਰਸ਼ਨ ਕਰਾ ਦਿਉ, ਮੈਂ ਉਹਨਾਂ 'ਚ ਜਲ ਨਹੀਂ ਛਕਣਾ, ਭੋਜਨ ਨਹੀਂ ਛਕਣਾ, ਬਸ ਮੈਨੂੰ ਦਰਸ਼ਨ ਚਾਹੀਦੇ ਹੈ। ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹੋ ਅਤੇ ਸਵੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿ ਤਾਂ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ 'ਤੇ ਆਇਆ। ਉਹ ਦੀਦਾਰ ਚਾਹੀਦਾ ਦੀਦ ਦੇ ਪਿਆਸੇ, ਦੀਦਾਰ ਚਾਹੀਦਾ ਚਾਹੀਦਾ।
कात्र को क्यों कात्र बतावे सच्ची प्रीत देख के दादी माता माता नानकी जी माता गुजर कौर जी मामा कृपाल चंद जी होर गुरसिख सारिया ने यह मता किया कि इस रब के फकीर नू दर्शन होने चाहिए तैयारी हो गई। इधर इस भीखण शाह ने दो गुजियां लईयां एक च दुध एक च पानी ते अंदर अंदर अरदास की इधरों बाला प्रीतम नू सोहनी पालकी विच ते बड़े सोहने रमाले बस्तर बाला प्रीतम नू पाए ने ते लियाए। इहदे अंदर अरदास की है वी ऐस वेले इह जिहड़े दो मजहब ने हिंदू ते मुसलमान जिहदे बारे भाई गुरदास जी ने भी बेनती की जदों गुरु नानक साहब सच्चे पातशाह मक्के गए ने काबे गए ने पुछण फोल किताब नू हिंदू वड्डा के मुस्लिम मनोई बाबा आखे हाजियां शुभ अमला बाजा दोनों पीर भीखण शाह दे अंदर है भी एक किन्ना दे गुरु पीर होणगे। अंदर अरदास की है तीन महीने की उम्र बाला प्रीतम की है सोहने रुमाले च उछल के दोहां कुजियां ते सोहने हथ रख दिते पीर जी असी सब दे सांझे हैं एक गुरु नानक साहब दा घर है जिथे ये अरदास हुंदी नानक नाम चढ़दी कला तेरे पाणे सरबत दा भला जो शरण आवै तिस कंठ लावै ए बिद स्वामी संत निहाल हो गया पीर भीखण शाह प्यारा। दृष्टि हो गई बाला प्रीतम दी नानक नदरी नदर निहाल जो चाहिए सी मिल गया। पीर भीखण शाह सिजदे करके वापस गया। थोड़ा समा अगे होया ते सहजे सहजे रिड़न लग पे तुरन लग पे बड़ी स्पीड ना दौड़दे ने उम्र छोटी है छोटे छोटे बच्चों ना खेलते ने हर का जी करदा ने दर्शन करिए खेल खेडिए नाल बख्शा भी करी जाते जो कोई मंगता दे जाते ने। ते एक दिन एक माता सूत कत रही है चरखा आ हुण ते बहुत सारे बच्चों नू पता नहीं प्यारे जे आपां कही आपां फले बौंदे रहे हैं तां दे ओह की हुंदा हाँ जी ते कईयां दा ते शहर विच जीवन गुजर जांदा ते उहनां नू पता ही नहीं उधर वाहिगुरू मत्था टेको भी कणक जिहड़ी इहदे दरख्त हुंदे आ कि कणक दी फसल हुंदी है आ हुण आ नकली किसान बना के ना जदों एक तो असली किसान है जिन्हां ने संघर्ष शुरू किया ते कई जगह भई सरकार ने भी वेखो जी सानू ते किसान कहिंदे आ भी इह कानून बड़े चंगे है ते उह नकली किसान बना के ना ते लै जांदे भी आ जी ये जरा खेती बाड़े मंत्री जी सानू तो बड़े फायदे आ जी करे ते वो बस च बैठे सी नकली किसान ते दूजिया ने पूछया भी लो हुणे दसने ए दसो भी कणक का बी किन्ना पैंदा है ते झोने का धान का किन्ना उन्हें पता ही नहीं पता लगा दिहाड़ी ते आए है ये तो किसान नू पता है ना
ਜੇ ਦੱਸ ਹੀ ਦੇਣਗੇ ਕੋਈ ਦੱਸ ਦੇਗਾ ਵੀ 50 ਕਿਲੋ ਪੈਂਦਾ 60 ਕਿਲੋ ਪੈਂਦਾ ਤਾਂ ਉਹਨਾਂ ਕਹਿਣਾ ਵੀ ਕਿਹੜਾ ਬੀਜ ਪੈਂਦਾ ਕਿਹੜਾ ਬੀਜ ਕਦੋਂ ਬੀਜਣਾ ਤਾਂ ਉੱਥੇ ਫਸ ਜਾਣਾ। ਸਨ 1969 ਦੀ ਗੱਲ ਹੈ ਅਤੇ ਉਹ ਜੀ ਖੇਤੀਬਾੜੀ ਮੰਤਰੀ ਜੀ ਖੇਤੀਬਾੜੀ ਮੰਤਰੀ ਉਹ ਦੱਸਣਗੇ ਜੀ ਕਿਸਾਨਾਂ ਨੂੰ ਲਓ ਜੀ ਕਿਸਾਨ ਬੈਠੇ ਹੈ ਅਤੇ ਇੱਕ ਕਿਸਾਨ ਜਿਹੜਾ ਸੀ ਨਾ ਉਹ ਸਮਝ ਗਿਆ ਵੀ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਨੇ ਨਾ ਜਾਪਦਾ ਵੀ ਕਦੀ ਖੇਤਾਂ 'ਚ ਲੰਘੇ ਵੀ ਨਹੀਂ ਹੋਣੇ। ਉਹ ਕਹਿੰਦੇ ਸਾਹਿਬ ਉੜਦ ਕਾ ਬੀਜ ਕਿਤਨਾ ਡਾਲਣਾ ਚਾਹੀਏ, ਉੜਦ ਕਾ ਬੀਜ ਖੇਤ ਮੇਂ ਕਿਤਨਾ ਡਾਲਣਾ ਚਾਹੀਏ। ਅਤੇ ਖੇਤੀਬਾੜੀ ਮੰਤਰੀ ਨੇ ਇੰਨਾ ਸੋਹਣਾ ਜਵਾਬ ਦਿੱਤਾ, ਕਹਿੰਦਾ ਜੇ ਤਾਂ ਦੇਖਣਾ ਪਵੇਗਾ ਕਿ ਦਾਲ ਸਾਬਤ ਹੈ ਕਿ ਡਲੀ ਹੋਈ ਹੈ। ਲੈ ਜੇ ਤਾਂ ਦੇਖਣਾ ਪਵੇਗਾ ਨਾ ਕਿ ਦਾਲ ਸਾਬਤ ਹੈ ਕਿ ਡਲੀ ਹੋਈ ਹੈ। ਲੈ ਇਹ ਹੈ ਖੇਤੀਬਾੜੀ ਮੰਤਰੀ ਬਾਰੇ, ਇਹ ਹੈ ਆ ਹਾਲ ਹੈ ਕਿਸਾਨ। ਹੁਣ ਸੱਚ ਅਤੇ ਝੂਠ ਦੀ ਪਰਖ ਹੋ ਜਾਂਦੀ ਹੈ ਪਿਆਰਿਆ। ਸੱਚ ਮੈਂ ਬੇਨਤੀ ਕਰ ਰਿਹਾ ਸੀ ਵੀ ਕਈਆਂ ਨੂੰ ਪਤਾ ਹੀ ਨਹੀਂ। ਹੁਣ ਤੁਸੀਂ ਆਪਾਂ ਕਹਿੰਦੇ ਆਪਾਂ ਫਲੇ ਵਾਹੁੰਦੇ ਰਹੇ ਹਾਂ, ਆਪਾਂ ਇਸ ਤਰ੍ਹਾਂ ਖੂਹ 'ਚ ਲਾਉਂਦੇ ਰਹੇ ਹਾਂ, ਬੱਚਿਆਂ ਨੂੰ ਆਮ ਪਤਾ ਨਹੀਂ ਕੀ ਹੁੰਦਾ ਹੈ, ਕਿਹੜੇ ਟਾਈਮ ਕਣਕ ਬੀਜਦੇ ਆ, ਕਿਹੜੇ ਟਾਈਮ ਗੰਨਾ ਬੀਜਦੇ ਆ, ਕਿਹੜੇ ਟਾਈਮ ਦੂਜੇ ਕਰਦੇ ਆ, ਕੋਈ ਪਤਾ ਨਹੀਂ। ਆ ਹਾਲ ਹੈ। ਖੈਰ ਗੁਰੂ ਮਹਾਰਾਜ ਕਿਰਪਾ ਕਰਨ ਅਤੇ ਇਹ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਹੈ ਇਹ ਚੜ੍ਹਦੀ ਕਲਾ ਵਿੱਚ ਜਾ ਸਤਿਗੁਰ ਦੀ ਰਹਿਮਤ ਹੈ ਬੜਾ ਸ਼ਾਂਤੀ ਨਾਲ ਚੱਲ ਰਿਹਾ। ਔਰ ਸਰਕਾਰਾਂ ਵੀ ਆਪਣਾ ਫਰਜ਼ ਨਿਭਾਉਣ, ਸਰਕਾਰਾਂ ਨੂੰ ਵੀ ਚਾਹੀਦਾ ਵੀ ਆਪਣਾ ਫਰਜ਼ ਨਿਭਾਉਣ, ਜਨਤਾ ਦੀ ਆਵਾਜ਼ ਸੁਣ। ਜਿਸ ਜਨਤਾ ਨੇ ਵੋਟਾਂ ਪਾ ਕੇ ਬਣਾਇਆ ਅਤੇ ਉਹ ਜਨਤਾ ਦੀ ਆਵਾਜ਼ ਸੁਣ, ਜੋ ਕਿਸਾਨ ਕਹਿੰਦੇ ਅਸਲੀ ਅਸਲੀ ਕਿਸਾਨ ਕਿਹੜਾ, ਨਕਲੀ ਕਿਸਾਨ ਕਿਹੜੇ, ਨਕਲੀ ਬਣਾ ਬਣਾ ਕੇ ਕਰਦੇ ਆ ਕਿ ਆਇਆ ਜਾਂਦਾ। ਆਓ ਆਪਣੀ ਸੁਰਤ ਫਿਰ ਉੱਥੇ ਲੈ ਕੇ ਚੱਲਾਂ। ਹੁਣ ਮੈਂ ਬੇਨਤੀ ਕਰ ਰਿਹਾ ਸੀ ਅੱਜ ਦੇ ਬੱਚਿਆਂ ਨੂੰ ਚਰਖਿਆਂ ਦਾ ਨਹੀਂ ਪਤਾ, 50-60 ਸਾਲ ਪਿੱਛੇ ਚਲੇ ਜਾਓ ਅਤੇ ਬੀਬੀਆਂ ਮਾਵਾਂ ਭੈਣਾਂ ਧੀਆਂ ਇਕੱਠੀਆਂ ਹੋ ਕੇ ਚਰਖੇ ਕਰਦਿਆ ਕਰਦੇ ਸੀ ਇਕੱਠੀਆਂ। ਉਹ ਪਿੰਡਾਂ ਦੇ ਮਾਹੌਲ ਬੜੇ ਵਧੀਆ ਸੀ ਉਸ ਵੇਲੇ, ਸ਼ਾਮ ਕਿਤੇ ਕਬੱਡੀ ਚੱਲ ਰਹੀ, ਕਿਤੇ ਕੁਸ਼ਤੀਆਂ ਚੱਲ ਰਹੀਆਂ, ਸ਼ਾਮ ਕਿਤੇ ਬਜ਼ੁਰਗ ਬੈਠੇ ਆ, ਇੱਕ ਦੁੱਖ ਸੁੱਖ ਦੇ ਸਾਂਝੇ ਹੁੰਦੇ ਸਨ। ਅਤੇ ਫਿਰ ਹੁੰਦਾ ਕੀ ਸੀ ਵੀ ਇਕੱਠੇ ਬੀਬੀਆਂ ਨੇ ਚਰਖੇ ਕੱਤਣੇ ਕਰਨੇ। ਉਹ ਮਾਈ ਚਰਖਾ ਕੱਤ ਰਹੀ ਹੈ ਤਾਂ ਤੰਡ ਪਾਉਂਦੇ ਆ, ਅਤੇ ਬਾਲਾ ਪ੍ਰੀਤਮ ਉਮਰ ਛੋਟੀ ਹੈ ਅਤੇ ਜਦੋਂ ਇਸ ਤਰ੍ਹਾਂ ਪਾਉਂਦੀ ਹੈ ਨਾ ਤੰਦ ਪੂਣੀ ਨਾਲ ਦੌੜ ਕੇ ਉਹਦੀ ਤੰਦ ਤੋੜ ਦਿੰਦੇ, ਉਹ ਫਿਰ ਪਾਉਂਦੀ ਹੈ ਅਤੇ ਤੰਦ ਤੋੜ ਦਿੰਦੇ। ਰੋਜ਼ ਤਾਂ ਆਉਂਦਾ ਪਰ ਜਦੋਂ ਬਾਲਾ ਪ੍ਰੀਤਮ ਦੇ ਦਰਸ਼ਨ ਕਰਦੀ ਹੈ ਨਾ ਮਾਈ ਅਤੇ ਕਹਿੰਦੀ ਕਿ ਸਾਰੀ ਜ਼ਿੰਦਗੀ ਕਿਤੇ ਮੇਰੀਆਂ ਤੰਦਾਂ ਤੋੜਦੇ ਰਹਿਣ, ਮੈਂ ਦਰਸ਼ਨ ਤਾਂ ਕਰਦੇ ਰਹਾਂ, ਪਰ ਨਾਲ ਇਹ ਵੀ ਹੈ ਵੀ ਗਰੀਬੀ ਹੈ ਮੇਰਾ ਕੀ ਹੋਏਗਾ। ਅਤੇ ਸ਼ਾਮ ਨੂੰ ਜਾ ਕੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਨੂੰ ਕਹਿੰਦੇ ਬਾਲਾ ਪ੍ਰੀਤਮ ਤੁਹਾਡੇ ਲਾਲ ਜੀ ਲੱਗਦੇ ਬੜੇ ਸੋਹਣੇ ਨੇ, ਲੱਗਦੇ ਬੜੇ ਪਿਆਰੇ ਨੇ, ਕੁਛ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਮੇਰੀਆਂ ਤਾਂ ਤੰਦਾਂ ਹੀ ਤੋੜੀ ਗਏ ਨੇ ਅੱਜ। ਅਤੇ ਜਦੋਂ ਬਾਲਾ ਪ੍ਰੀਤਮ ਬੱਚਿਆਂ ਨਾਲ ਖੇਡਦੇ ਹੋਏ ਵਾਪਸ ਆਏ ਨਾ ਮਾਤਾ ਜੀ ਦੀ ਗੋਦ ਵਿੱਚ ਬੈਠੇ ਅਤੇ ਮਾਤਾ ਜੀ ਕਹਿੰਦੇ ਇਹ ਲਾਲ ਜੀ ਗੋਬਿੰਦ ਰਾਏ ਜੀ, ਉਹ ਫਲਾਣੀ ਮਾਈ ਕਹਿੰਦੀ ਹੈ ਵੀ ਮੇਰੀਆਂ ਅੱਜ ਤੰਦਾਂ ਹੀ ਬੜੀਆਂ ਤੋੜੀਆਂ। ਮੈਂ ਜਿਹੜੀ ਪਹਿਲਾਂ ਬੇਨਤੀ ਕੀਤੀ ਹੈ ਨਾ ਜਦੋਂ ਗੁਰੂ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਗੁਰੂ ਦੀ ਬਾਣੀ ਪੜ੍ਹਦੇ ਹਾਂ ਉਦੋਂ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਰੱਖੋ। ਹੁਣ ਉਮਰ ਕਿੰਨੀ ਹੈ ਮੇਰੇ ਸੱਚੇ ਪਾਤਸ਼ਾਹ ਜੀ ਅਤੇ ਕੀ ਕਹਿ ਰਹੇ ਨੇ, ਕਹਿੰਦੇ ਮਾਤਾ ਮੈਂ ਉਸ ਮਾਈ ਦੀਆਂ 84 ਦੀਆਂ ਸਾਰੀਆਂ ਹੀ ਤੰਦਾਂ ਤੋੜ ਦਿੱਤੀਆਂ ਨੇ, ਕੇਵਲ ਰੂੰਦੀਆਂ ਤੰਦਾਂ ਨਹੀਂ ਤੋੜੀਆਂ, ਉਹਦੀ 84 ਦੀਆਂ ਤੰਦਾਂ ਤੋੜ ਦਿੱਤੀਆਂ ਨੇ। ਉਹ ਮਾਤਾ ਹੁਣ ਜਨਮ ਮਰਨ ਵਿੱਚ 84 ਵਿੱਚ ਨਹੀਂ ਪਏਗੇ। ਇੱਕੋ ਨਦਰ ਮਾਲਕਾ ਤੇਰੀ 84 ਵਾਲੇ ਗੇੜ ਕੱਟ ਤੇ
नगर माल का तेरी काशी वाले खेल ਖਲ ਚਤਰ ਬਕੀਤਾ ਅਨਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪਨੀਤਾ ਸਮਰਾਜ ਸਤਿਗੁਰੂ ਹੈ ਨਾ ਇੱਕ ਨਦਰ ਵਿੱਚ ਵੱਡੀਆਂ ਬਖਸ਼ਾਂ ਕਰ ਦਿੰਦੇ ਮੇਰੇ ਸਤਿਗੁਰੂ ਕਹਿੰਦੇ ਉਸ ਮਾਈ ਦੀਆਂ 84 ਦੀਆਂ ਤੰਦਾਂ ਕੱਟ ਦਿੱਤੀਆਂ ਇੱਕ ਦਿਨ ਆਪਣੇ ਸਾਥੀਆਂ ਨਾਲ ਗੰਗਾ ਵਿੱਚ ਚਲੇ ਗਏ ਗੰਗਾ ਵਿੱਚ ਚਲੇ ਗਏ ਜਦ ਬੇੜੀ ਵਿੱਚ ਬੈਠੇ ਨੇ ਨਾ ਅਤੇ ਗੰਗਾ ਦਾ ਪਾਣੀ ਉੱਪਰ ਨੂੰ ਚੜ੍ਹਨ ਲੱਗ ਪਿਆ ਅਤੇ ਕਈ ਸਾਥੀ ਘਬਰਾ ਗਏ ਅਤੇ ਬਾਲਾ ਪ੍ਰੀਤ ਉਮਰ ਛੋਟੀ ਹੈ ਕਿਉਂਕਿ ਉਹਨਾਂ ਦੇ ਤਾਂ ਹੁਕਮ ਵਿੱਚ ਹੈ ਭੈ ਵਿੱਚ ਪਵਨ ਮਹਿ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆ ਇਹਨਾਂ ਨੇ ਆਪਣੇ ਚਰਨ ਬੇੜੀ ਤੋਂ ਬਾਹਰ ਕੱਢ ਕੇ ਥੱਲੇ ਕੀਤੇ ਅਤੇ ਗੰਗਾ ਨੇ ਚਰਨ ਧੋ ਲਏ ਅਤੇ ਥੱਲੇ ਹੋ ਗਏ ਧੰਨ ਸਤਿਗੁਰੂ ਇੱਕ ਸੇਠ ਪਰਿਵਾਰ ਆਪਣੀ ਨੂੰਹ ਨੂੰ ਲੈ ਕੇ ਆ ਗਏ ਬਾਲਾ ਪ੍ਰੀਤ ਵਗੇ ਹੱਥ ਜੋੜਦੇ ਹੈ ਸਾਡੇ ਘਰ ਕੋਈ ਪੋਤਰਾ ਨਹੀਂ ਆਹ ਸਾਡੀ ਨੂੰਹ ਹੈ ਅਤੇ ਬਾਲਾ ਪ੍ਰੀਤ ਹੱਸ ਕੇ ਕਹਿੰਦੇ ਇਹ ਪੰਜ ਪੁੱਤਰਾਂ ਦੀ ਮਾਂ ਬਣੇਗੀ ਪੰਜ ਬਖਸ਼ ਦਿੱਤੇ ਸੀ ਕਿਤੇ ਛੇਵੇਂ ਪਾਤਸ਼ਾਹ ਤੋਂ ਇੱਕ ਪੁੱਤ ਮੰਗਿਆ ਸੀ ਮਾਤਾ ਸਖੀ ਨੇ 7 ਪੁੱਤ ਦੇ ਦਿੱਤੇ ਸੀ ਪਿਆਰੇ ਜੋ ਮੰਗੇ ਠਾਕਰ ਆਪਣੇ ਅਤੇ ਸੋਈ ਸੋਈ ਦੇਵੇ ਨਾਂ ਦਾਸ ਮੁਖ ਤੇ ਜੋ ਬੋਲਿਆ ਇਹ ਹੈ ਉਹ ਹਾਂ ਸੱਚ ਹੋਇਆ ਸ਼ੇਰ ਨੂੰ ਕਹਿੰਦੇ ਆ ਸਾਥੀਆਂ ਨੂੰ ਨਵੀਂ ਬੇੜੀ ਲੈ ਦਿਆ ਜੇ ਅਤੇ ਇੱਕ ਦਿਨ ਮੇਰੇ ਬਾਲਾ ਪ੍ਰੀਤਮ ਇਸ ਗੰਗਾ ਵਿੱਚ ਆਪਣੇ ਸਾਥੀਆਂ ਨਾਲ ਖੇਡ ਰਹੇ ਨੇ ਅਤੇ ਜਿਹੜੇ ਭਾਈ ਸੰਗਤ ਸਿੰਘ ਜੀ ਹੋਏ ਨੇ ਜਿਹਨਾਂ ਦਸਮ ਪਾਤਸ਼ਾਹ ਮਹਾਰਾਜ ਨੇ ਕਲਗੀ ਦਿੱਤੀ ਹੈ ਨਾ ਚਮਕੌਰ ਸਾਹਿਬ ਜਦੋਂ ਖਾਲਸੇ ਦਾ ਹੁਕਮ ਮੰਨ ਕੇ ਉੱਥੋਂ ਤੁਰਨ ਲੱਗੇ ਨੇ ਗੜੀ ਵਿੱਚੋਂ ਰਾਤ ਨੂੰ ਕੁਝ ਇਤਿਹਾਸਾਂ ਵਿੱਚ ਭਾਈ ਸੰਤ ਸਿੰਘ ਦਾ ਨਾਮ ਆਉਂਦਾ ਅਤੇ ਕੁਝ ਇਤਿਹਾਸਾਂ ਵਿੱਚ ਭਾਈ ਜੀਵਨ ਸਿੰਘ ਦਾ ਨਾਮ ਵੀ ਆਉਂਦਾ ਪਰ ਬੇਨਤੀ ਕਰਨਾ ਮੈਂ ਚਾਹੇ ਕਲਗੀ ਭਾਈ ਜੀਵਨ ਸਿੰਘ ਦਿੱਤੀ ਹੈ ਚਾਹੇ ਭਾਈ ਸੰਤ ਸਿੰਘ ਦਿੱਤੀ ਹੈ ਅਤੇ ਚਾਹੇ ਭਾਈ ਸੰਗਤ ਸਿੰਘ ਦਿੱਤੀ ਹੈ ਗੁਰੂ ਮਾਰ ਨੇ ਕਲਗੀ ਦਿੱਤੀ ਹੈ ਖਾਲਸੇ ਨੂੰ ਇਹ ਪਾਤਸ਼ਾਹੀ ਹੈ ਪਾਤਸ਼ਾਹੀ ਖਾਲਸੇ ਨੂੰ ਗਰਿਆਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰ ਬਸ ਨਾਂ ਦੇ ਝਗੜੇ ਵਿੱਚ ਨਹੀਂ ਪੈਣਾ ਇਹ ਸੰਗਤ ਸਿੰਘ ਦੀ ਉਮਰ ਦਸਮ ਪਾਤਸ਼ਾਹ ਨਾਲੋਂ 3 ਮਹੀਨੇ ਛੋਟੀ ਸੀ ਇਹਦੀ ਮਾਤਾ ਗੁਰੂ ਧੰਨ ਮਾਤਾ ਗੁਜਰ ਕੌਰ ਜੀ ਦੀ ਸੇਵਾਦਾਰਨੀ ਸੀ ਅਤੇ ਇਹ ਵੀ ਬੜਾ ਸੋਹਣਾ ਸੁਨੱਖਾ ਸੀ ਅਤੇ ਸੱਚੇ ਪਾਤਸ਼ਾਹ ਨਾਲ ਖੇਡ ਰਿਹਾ ਬੱਚੇ ਖੇਡੇ ਇੱਕ ਦੂਜੇ ਪਾਣੀ ਪਾਉਂਦੇ ਇੱਕ ਪਾਸੇ ਭਾਈ ਸੰਗਤੀ ਆ ਇੱਕ ਪਾਸੇ ਬਾਲਾ ਪ੍ਰੀਤਮ ਬਾਲਾ ਪ੍ਰੀਤਮ ਨੇ ਇੰਨੇ ਜ਼ੋਰ ਨਾਲ ਪਾਣੀ ਇਹਦੇ ਮਾਰਿਆ ਵਾਰ ਵਾਰ ਇਹ ਭੱਜਿਆ ਗੰਗਾ 'ਚੋਂ ਅਤੇ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਦਾ ਜਿਹੜੀ ਦਸਤਾਰ ਪਈ ਸੀ ਨਾ ਭੁਲੇਖੇ ਨਾਲ ਆਪਣੀ ਛੱਡ ਕੇ ਉਹ ਸਿਰ 'ਤੇ ਰੱਖ ਕੇ ਦੇ ਭੱਜ ਪਿਆ ਅਤੇ ਉਸ ਵੇਲੇ ਮੇਰੇ ਬਾਲਾ ਪ੍ਰੀਤਮ ਨੇ ਆਖਿਆ ਸੀ ਕਿਉਂ ਕਾਹਲਾ ਪੈਂਦਾ ਸਮਾਂ ਆਏਗਾ ਆਪਣੀ ਹੱਥੀਂ ਤੇਰੇ ਸਿਰ 'ਤੇ ਰੱਖਾਂਗੇ ਪਤਾ ਸੀ ਵੀ ਚਮਕੌਰ ਦੀ ਗੜੀ ਜਦੋਂ ਛੱਡਣੀ ਹੈ ਅਤੇ ਭਾਈ ਸੰਗਤ ਸਿੰਘ ਨੂੰ ਆਪਣੀ ਜਗ੍ਹਾ ਬਿਠਾ ਲੈਣਾ ਉਸ ਵੇਲੇ ਮੇਰੇ ਸਤਿਗੁਰ ਨੇ ਬਚਨ ਕੀਤਾ ਸੀ ਪਿਆਰੇ ਛੋਟੇ ਛੋਟੇ ਬੱਚਿਆਂ ਦੇ ਨਾਲ ਖੇਡਦੇ ਆ ਦੋ ਜੁੱਟ ਬਣਾ ਲੈਂਦੇ ਇੱਕ ਫੌਜ ਦੇ ਜਰਨੈਲ ਆ ਮੁਖੀ ਆਪ ਬਣਦੇ ਇੱਕ ਦੇ ਦੂਜੇ ਦੇਖੋ ਅਤੇ ਇੱਥੋਂ ਦੀ ਨਵਾਬ ਆ ਰਿਹਾ ਅਤੇ ਉਹਦੇ ਅਹਿਲਕਾਰ ਅੱਗੇ ਬੱਚੇ ਉਹ ਖੜ੍ਹੇ ਹੋ ਜਾਓ ਜਦੋਂ ਨਵਾਬ ਸਾਹਿਬ ਆਉਣਗੇ ਨਾ ਅਤੇ ਤੁਸੀਂ ਝੁੱਕ ਕੇ ਸਲਾਮ ਕਰਨੀ ਹੈ ਸਾਡੇ ਵਾਂਗ ਬਾਲਾ ਪ੍ਰੀਤਮ ਨੇ ਸਾਰੇ ਬੱਚਿਆਂ ਨੂੰ ਸਿਖਾਤਾ ਸਾਥੀਆਂ ਨੂੰ ਜਦੋਂ ਨਵਾਬ ਆਏਗਾ ਦੰਦੀਆਂ ਗਝਾਉਣੀਆਂ ਨੇ ਅਸੀਂ ਪਰਵਾਹ ਨਹੀਂ ਕਰਨੀ ਜਦੋਂ ਨਵਾਬ ਆਇਆ ਨਾ ਹਾਥੀ 'ਤੇ
ਤੇ ਬਾਲਾ ਪ੍ਰੀਤ ਸਮੇਤ ਸਾਰੇ ਸਾਥੀ ਜਿਹੜੇ ਸੀ ਦੰਦੀਆਂ ਵਿਭਾਗ ਦੇ ਭੱਜ ਗਏ। ਬੜਾ ਸ਼ਰਮਸ਼ਾਰ ਹੋਇਆ, ਮੈਨੂੰ ਤਾਂ ਬੜੇ ਬੜੇ ਸਿਰ ਝੁਕਾਉਂਦੇ ਆ। ਪਰ ਪਿਆਰੇ ਸਮਰੱਥ ਸਤਿਗੁਰੂ ਜਿਨ੍ਹਾਂ ਨੂੰ ਕਿਸੇ ਦੀ ਪਰਵਾਹ ਨਹੀਂ, ਜਦ ਅਸੀਂ ਇਤਿਹਾਸ ਪੜ੍ਹਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਚੁੱਕਿਆ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕਿਆ, ਹੋਰ ਕਿਸੇ ਦੁਨੀਆਂ ਦੇ ਬਾਦਸ਼ਾਹ ਅੱਗੇ ਨਹੀਂ ਚੁੱਕਿਆ, ਗੁਰੂ ਗ੍ਰੰਥ ਸਾਹਿਬ ਨੂੰ ਸੀਸ ਚੁਕਾਇਆ ਮਹਾਰਾਜ ਨੇ, ਕਿਸੇ ਦੁਨੀਆਂ ਦੇ ਬਾਦਸ਼ਾਹ ਅੱਗੇ ਨਹੀਂ ਸਿਰ ਚੁਕਾਇਆ ਪਿਆਰ, ਨਾ ਕਿਸੇ ਕੁਛ ਮੰਗਿਆ। ਐਸੇ ਸਤਿਗੁਰੂ ਇੱਥੋਂ ਤੱਕ ਹੈ ਕਿ ਜੇ ਸੱਚੇ ਪਾਤਸ਼ਾਹ ਤੀਰ ਚਲਾਉਂਦੇ ਹੈ ਤੇ ਉੱਥੇ ਹੀ ਬਚਨ ਆਉਂਦਾ ਕਿ ਭਲਾ ਕਰਦੇ ਹੈ, ਜੇ ਗਾਗਰ ਵਿੱਚ ਤੀਰ ਮਾਰਿਆ ਤੇ ਕੀਸ਼ ਉਹਦੇ ਵਿੱਚ ਸੱਪ ਸੀ, ਜੇ ਕਹਿੰਦੇ ਮਾਤਾ ਨਾ ਤੀਰ ਮਾਰਦੇ ਪਾਣੀ ਪਰਿਵਾਰ ਨੇ ਪੀਣਾ ਸੀ ਸਾਰਾ ਖਤਮ ਹੋ ਜਾਣਾ ਸੀ, ਉਹਦੇ ਵਿੱਚ ਵੀ ਕਿਰਪਾ, ਉਹਦੇ ਵਿੱਚ ਵੀ ਬਖਸ਼ਾਂ ਕਰ ਰਹੇ। ਇੱਕ ਦਿਨ ਗਏ ਨੇ ਗੰਗਾ 'ਤੇ, ਬੜੇ ਕੀਮਤੀ ਕੜੇ ਨੇ ਸੋਨੇ ਦੇ ਅਤੇ ਇੱਕ ਗੰਗਾ ਵਿੱਚ ਸੁੱਟ ਆਏ ਮੌਜ ਦੇ ਮਾਲਕ। ਮਾਤਾ ਜੀ ਪੁੱਛਦੇ ਲਾਲ ਜੀ ਕੜਾ ਕਿੱਥੇ ਆ, ਕਹਿੰਦੇ ਗੰਗਾ ਵਿੱਚ। ਮਾਮਾ ਕਿਰਪਾਲ ਜੀ ਨਾਲ ਇਹ ਪੁੱਛਦੇ ਹੈ, ਉੱਥੇ ਚਲੇ ਗਏ ਗੰਗਾ ਦੇ ਕੰਢੇ 'ਤੇ, ਕਿੱਥੇ ਕੁ ਡਿੱਗਾ, ਦੂਸਰੇ ਹੱਥਾਂ ਲਾ ਕੇ ਵਗਾ ਕੇ ਮਾਰਿਆ, ਇੱਥੇ ਕੁ ਡਿੱਗਾ ਸੀਗਾ। ਦੇਖੋ ਮੈਨੂੰ ਇਹਨਾਂ ਚੀਜ਼ਾਂ ਨਾਲ ਪਿਆਰ ਨੇ, ਐਸਾ ਤਿਆਗ ਮੇਰੇ ਬਾਲਾ ਪ੍ਰੀਤ ਨੂੰ ਦਾ। ਇੱਕ ਕੋਹੜੀ ਆ ਗਿਆ, ਹੱਥ ਜੋੜਦਾ ਗੰਗਾ ਦੇ ਕੰਢੇ ਬਾਲਾ ਪ੍ਰੀਤਮ ਅੱਗੇ, ਮੈਂ ਤੁਹਾਡੀ ਸੋਭਾ ਸੁਣੀ ਹੈ ਅਤੇ ਮੇਰਾ ਕੋਹੜ ਦੂਰ ਕਰ ਦਿਉ, ਮੇਰਾ ਕੋਹੜ ਦੂਰ ਕਰ ਦਿਉ। ਜਦ ਹੱਥ ਜੋੜਦਾ ਤਾਂ ਬਾਲਾ ਪ੍ਰੀਤਮ ਨੇ ਧੱਕਾ ਦਿੱਤਾ ਗੰਗਾ ਵਿੱਚ, ਦੇਖੋ ਜਦ ਉਹਨੂੰ ਗੋਤਾ ਲੱਗਾ ਨਾ ਬਾਹਰ ਨੂੰ ਆਇਆ ਤਾਂ ਕੋਹੜ ਸਾਰਾ ਖਤਮ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਅਤੇ ਜੇ ਕੋਈ ਕਹੇ ਵੀ ਕਿਸੇ ਨੂੰ ਕੋਹੜ ਹੋਵੇ ਉਹਨੂੰ ਗੋਤਾ ਦੇ ਦੇਈਏ ਤਾਂ ਭਲਾ ਉਹ ਠੀਕ ਹੋ ਜਾਏਗਾ, ਉਹ ਤਾਂ ਡੁੱਬ ਕੇ ਮਰ ਜਾਏਗਾ, ਕਿਹੜਾ ਗਰੀਸ ਕਰੇਗਾ ਗੁਰੂ ਦੀ। ਕੋਈ ਵੈਦ ਜਾਣ ਰਿਹਾ ਸੀ ਅਤੇ ਅੱਗੇ ਊਠ ਦੇ ਗਲ 'ਚ ਖਰਬੂਜਾ ਫਸਿਆ ਸੀ, ਉਹਦਾ ਸਾਹ ਔਖਾ ਸੀ, ਅਤੇ ਜਦ ਵੈਦ ਜੀ ਨੂੰ ਕਿਹਾ ਵੈਦ ਜੀ ਇਹ ਊਠ ਜਿਹੜਾ ਇਹਦਾ ਸਾਹ ਬੜਾ ਔਖਾ, ਕਹਿੰਦੇ ਇਉਂ ਕਰੋ ਇੱਕ ਦੋ ਸਿਰ ਵੱਟਾ ਲਿਆਓ ਅਤੇ ਇੱਕ ਪੰਜ ਸਿਰ ਵੱਟਾ ਲਿਆਓ। ਲੈਣ ਦਾ ਉਹਨੇ ਕੀਤਾ, ਜਿਹੜਾ ਪੰਜ ਸਿਰ ਵੱਟਾ ਸੀ ਗਲ ਦੇ ਥੱਲੇ ਰੱਖਿਆ, ਦੋ ਸਿਰ ਵੱਟੇ ਨਾਲ ਗਲ 'ਤੇ ਮਾਰਿਆ, ਜਿਹੜਾ ਖਰਬੂਜਾ ਫਸਿਆ ਸੀ ਉਹ ਫਿਸ ਗਿਆ ਅਤੇ ਊਠ ਸਹੀ ਸਲਾਮਤ ਹੋ ਗਿਆ। ਅਤੇ ਇੱਕ ਵੇਖਣ ਡਿਆ ਸੀ ਬੰਦਾ, ਉਹਨੇ ਕਿਹਾ ਲੈ ਆਹ ਸਾਹ ਸੌਖਾ ਕਰਨਾ ਹੋਵੇ ਬਿਮਾਰੀ ਦੂਰ ਕਰਨੀ ਹੋਵੇ ਤਾਂ ਇਹ ਤਾਂ ਹੈ ਹੀ ਬੜਾ। ਲਓ ਜੀ ਉਹਨੇ ਪਿੱਛੇ ਨੂੰ ਨਾ ਕੁਛ ਐਂ ਪਾ ਕੇ ਅਤੇ ਵੀ ਮੈਂ ਵੈਦ ਹਾਂ, ਕੋਈ ਬਿਮਾਰੀ ਹੋਵੇ ਇਲਾਜ ਕਰ ਦਿਆਂਗਾ। ਅਤੇ ਕੋਈ ਆ ਗਿਆ ਕਹਿੰਦੇ ਜੀ ਸਾਡੀ ਮਾਤਾ ਦਾ ਸਾਹ ਬੜਾ ਔਖਾ, ਬੜੀ ਬਿਮਾਰ ਹੈ। ਕਹਿੰਦੇ ਲੈ ਇਹ ਤਾਂ ਦੋ ਮਿੰਟ ਦਾ ਕੰਮ ਹੈ, ਇੱਕ ਪੰਜ ਸਿਰ ਵੱਟਾ ਲੈ ਆਓ, ਇੱਕ ਦੋ ਸਿਰ ਦਾ ਲੈ ਆਓ। ਲੈਣ ਦਾ ਪੰਜ ਸਿਰ ਦਾ ਥੱਲੇ ਰੱਖਿਆ, ਦੋ ਸਿਰ ਦੇ ਨਾਲ ਗਲ ਫੇਰ ਦਿੱਤਾ ਅਤੇ ਉਹ ਸਾਹ ਹੀ ਬੰਦ ਹੋ ਗਿਆ। ਕਹਿੰਦੇ ਲਓ ਆਹ ਤੁਹਾਡੀ ਮਾਂ ਸ਼ਾਂਤ ਹੋ ਗਈ ਨਾ, ਕਿੰਨਾ ਪਹਿਲਾਂ ਘਰੂੜੂ ਵੱਜਦਾ ਸੀ, ਮਾਈ ਦੇ ਭੋਗ ਪਾ ਦਿੱਤਾ। ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ, ਸਮਰੱਥ ਗੁਰੂ ਸਾਗਰ ਹੈ ਥਾ ਸਾਗਰ, ਗੁਰ ਸਾਗਰ ਰਤਨੀ ਭਰਪੂਰੇ। ਸਰਵਰ ਹੰਸ ਤੁਰੇ ਹੀ ਮੇਲਾ ਖਸਮ ਐਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਗੁਰੂ ਸਰੋਵਰ ਹੈ ਅਤੇ ਸਿੱਖ ਹੰਸ ਬਣ ਕੇ ਮਾਣਕ ਮੋਤੀ ਚੁੱਕਦੇ ਹੈ। ਗੁਰੂ ਦੀ ਰੀਸ ਨਹੀਂ ਕੋਈ ਕਰ ਸਕਦਾ। ਕੋੜੀ ਨੂੰ ਸੁੱਟਿਆ ਅਤੇ ਕੋੜ ਦੂਰ ਹੋ ਗਿਆ ਇੱਕ ਚੁੱਭੀ ਨਾਲ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਾਗਰ ਕੀ ਨਿੱਤ ਕਦ ਪਾਈ ਹੈ, ਭੁੱਖ ਸਹਿ ਦਨ ਕਰ ਦਿਨ ਕਰ ਸਰਦੀਪ ਜੋਤ ਨਾ ਪਜਾਈ ਹੈ। ਕਹਿੰਦੇ ਸਾਗਰ ਦਾ ਮੁਕਾਬਲਾ ਛੱਪੜੀ ਨਹੀਂ ਕਰ ਸਕਦੀ, ਪੂਰੇ ਗੁਰੂ ਦਾ ਮੁਕਾਬਲਾ ਅਧੂਰਾ ਨਹੀਂ ਕਰ ਸਕਦਾ, ਸੂਰਜ ਦਾ ਮੁਕਾਬਲਾ ਦੀਵਾ ਨਹੀਂ ਜੇ ਕਰ ਸਕਦਾ। ਉਹ ਕਾਨੂੰ ਬੰਨੇ ਤੂੰ ਛੱਪੜੀ ਸਮੁੰਦਰ ਆਵੇ, ਸਮੁੰਦਰ ਆਵੇ, ਤੂੰ ਚ ਬੜੀਏ
ਬਰਾਬਰੀ ਕੌਣ ਕਰ ਸਕਦਾ? ਆ ਕੜਿਆਲਾ ਘਾਟ, ਇਹਦਾ ਨਾਂ ਕੋੜੀ ਵਾਲਾ ਘਾਟ, ਇੱਥੇ ਮੇਰੇ ਗੁਰੂ ਨਾਨਕ ਸਾਹਿਬ ਨੇ ਕੋੜੀ ਰਾਜੀ ਕੀਤਾ। ਲਾਹੌਰ ਦੇ ਨੇੜੇ ਦੀਪਾਲਪੁਰ ਹੈ, ਉੱਥੇ ਵੀ ਕੋੜੀ ਰਾਜੀ ਕੀਤਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਨ੍ਹਾਂ ਨੂੰ ਤਾਂਦੇ ਕੋਲ ਸੀ ਨਾ, ਉਹਨਾਂ ਦੀ ਵੀ ਗਿਣਤੀ ਨਹੀਂ ਕਿੰਨੇ ਕੁ ਰਾਜੀ। ਪੰਜਵੇਂ ਪਾਤਸ਼ਾਹ ਨੇ ਕੋੜੀ ਘਰ ਬਣਾਇਆ ਸੀ। ਇੱਕ ਮਨ ਦਾ ਕੋੜ ਹੈ, ਉਹ ਹੈ ਹਉਮੈ, ਸਭ ਤੋਂ ਵੱਡਾ ਕੋੜ ਮਨ ਦਾ ਰੋਗ। ਜਨਮ ਮਰਨ ਦਾ ਦੁੱਖ ਅਤੇ ਉਹ ਹਉਮੈ ਦੇ ਰੋਗ ਕਰਕੇ। ਇਹ ਜਿਹੜਾ ਹਉਮੈ ਦਾ ਕੋੜ ਹੈ ਨਾ ਸੰਸਾਰ ਨੂੰ ਪਿਆਰਿਓ, ਮੇਰੇ ਸਤਿਗੁਰੂ ਨੇ ਨਾਮ ਦੀ ਦਾਰੂ ਦਿੱਤੀ ਹੈ। ਹਰ ਨਾਮੋ ਮੰਤਰ ਦਰਾਇਣ ਦਾ ਕੱਟੇ ਹਉਮੈ ਰੋਗ, ਜੋ ਜੋ ਦਿਸ਼ਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਮੇਰਾ ਵੈਦਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੁੰਦਾ। ਜਦੋਂ ਸੰਸਾਰ ਹਉਮੈ ਦੇ ਰੋਗ ਨਾਲ ਗ੍ਰਸਿਆ ਹੋਇਆ, ਇਸ ਹਉਮੈ ਦੇ ਕੋੜ ਨਾਲ ਗ੍ਰਸਿਆ ਹੋਇਆ, ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਇਸ ਸੰਸਾਰ 'ਤੇ ਆਏ। ਉਹ ਜਦੋਂ ਹੋ ਗਿਆ ਸੀ ਰੋਗੀ ਇੱਕ ਸਾਰਾ, ਸਤਿਗੁਰ ਆ ਗਏ ਵੈਦ ਮਨ ਦੇ। ਜਦੋਂ ਹੋ ਗਿਆ ਸੀ ਰੋਗੀ ਜਗ ਸਾਰਾ, ਸਤਿਗੁਰ ਆ ਗਏ ਵੈਦ ਮਨ। ਸਤਿਗੁਰੂ ਮੇਰੇ ਬਾਲਾ ਪ੍ਰੀਤਮ ਦਸਮ ਪਾਤਸ਼ਾਹ ਤਨ ਤੇ ਮਨ ਦੇ ਰੋਗ ਵੀ ਦੂਰ ਕਰ ਰਿਹਾ ਨੇ। ਹਰ ਬਖਸ਼ਿਸ਼ ਕਰਨੇ ਜੋ ਕੋਈ ਮੰਗਦਾ ਹੈ, ਫਤਿਹ ਚੰਦ ਮੈਨੀ ਉਸ ਦੀ ਨਾਲ ਰਾਣੀ, ਘਰ ਵਿੱਚ ਔਲਾਦ ਨਹੀਂ, ਨਾ ਧੀ ਹੈ ਨਾ ਪੁੱਤਰ ਹੈ। ਜਦੋਂ ਸੋਭਾ ਸੁਣੀ ਬਾਲਾ ਪ੍ਰੀਤਮ ਦੀ ਤੇ ਰਾਣੀ ਅਰਦਾਸਾਂ ਕਰਦੀ ਹੈ। ਬੱਚਿਆਂ ਨਾਲ ਖੇਡਦੇ ਹੋਏ ਬਾਲਾ ਪ੍ਰੀਤਮ ਅੰਦਰ ਆਏ ਅਤੇ ਉਸ ਰਾਣੀ ਦੀ ਗੋਦ ਵਿੱਚ ਬੈਠ ਗਏ। ਅਤੇ ਜਦੋਂ ਮਾਂ ਕਰਕੇ ਬੁਲਾਇਆ ਨਾ, ਅਤੇ ਜਿਹਨੂੰ ਜ਼ਿੰਦਗੀ ਵਿੱਚ ਆਸ ਨਹੀਂ ਸੀ ਵੀ ਇਹਦੇ ਘਰ 'ਤੇ ਕੋਈ ਔਲਾਦ ਨਹੀਂ ਹੋ ਸਕਦੀ, ਮੈਨੂੰ ਕਿਸੇ ਨੇ ਮਾਂ ਨਹੀਂ ਆਖਣਾ, ਅਤੇ ਨੇਤਰ ਬੰਦ ਸਨ, ਅਤੇ ਜਦੋਂ ਬਾਲਾ ਪ੍ਰੀਤਮ ਗੋਦ ਵਿੱਚ ਬੈਠ ਕੇ ਮਾਂ ਕਹਿੰਦੇ ਹੈ ਨਾ, ਅਤੇ ਅੱਖਾਂ ਖੋਲੀਆਂ, ਤ੍ਰਿਪਤ ਹੋ ਗਈ, ਦਰਸ਼ਨ ਕਰ ਨਿਹਾਲ ਕਰ ਦਿੱਤਾ, ਖਵਾਓ ਮੇਰੇ ਸੋਹਣੇ ਲਾਲ ਨੂੰ। ਅਤੇ ਕਹਿੰਦੇ ਵੀ ਅਸੀਂ ਹੋਰ ਪਦਾਰਥ ਕੀ ਖਾਣੇ ਹੈ, ਸਾਨੂੰ ਹੋਰ ਪਦਾਰਥਾਂ ਦੀ ਇੱਥੇ ਕੋਈ ਲੋੜ ਨਹੀਂ, ਅਤੇ ਕੀ ਛਕਣਾ। ਹੁਣ ਜਿਹੜਾ ਗੁਰੂ ਹੈ ਨਾ, ਗੁਰੂ ਪਰਮੇਸ਼ੁਰ, ਉਹ ਪਿਆਰ ਦਾ ਭੁੱਖ ਹੈ, ਪਿਆਰ ਹੈ। ਗੋਬਿੰਦ ਭਾਉ ਭਗਦਾ ਭੁੱਖਾ, ਸਾਚ ਕਹੋ ਸੁਣ ਲਿਹੋ ਸਵੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਆ। ਭਗਤਾਂ ਨੇ ਭਗਵਾਨ ਨੂੰ ਤੇ ਸਿੱਖਾਂ ਨੇ ਗੁਰੂ ਨੂੰ ਪਿਆਰ ਦੇ ਵੱਸ ਕੀਤਾ ਹੋਇਆ ਹੈ। ਉਹ ਰੱਬ ਵੱਸ ਭਗਤਾਂ ਨੇ ਭਗਤਾਂ ਨੇ ਕੀਤਾ ਆਗੇ ਤੇ ਪ੍ਰੇਮ ਡੋਰੀਆਂ।
ਪਰਮੇਸ਼ਰ ਸੰਸਾਰ ਦੀ ਭੁੱਖ ਖਤਮ ਕਰਨ ਵਾਲੇ, ਨਾਮ ਦੀਆਂ ਬਖਸ਼ਾਂ ਕਰਨ ਵਾਲੇ, ਕਿਸੇ ਪਦਾਰਥ ਦੀ ਲੋੜ ਨਹੀਂ, ਭਾਵਨਾ ਪੂਰੀ ਕਰਦੇ ਆ। ਕਹਿੰਦੇ ਮਾਤਾ ਘੁੰਗਣੀਆਂ ਦਾ ਪ੍ਰਸ਼ਾਦ ਬਣਾ ਲੈ ਅਤੇ ਫਿਰ ਦੁੱਧ ਦੀਆਂ ਪੌੜੀਆਂ, ਜਦੋਂ ਅਸੀਂ ਆਇਆ ਕਰਾਂਗੇ ਆ ਛਕਾ ਦਿਆ ਕਰ। ਅੱਜ ਵੀ ਉੱਥੇ ਘੁੰਗਣੀ ਦਾ ਪ੍ਰਸ਼ਾਦ ਚੱਲਦਾ ਪਿਆ ਰਿਹਾ, ਉਹਦੇ 'ਤੇ ਵੀ ਕਿਰਪਾ ਕੀਤੀ ਹੈ। ਪੰਡਿਤ ਸ਼ਿਵ ਦੱਤ ਜਿਹੜਾ ਸੀ ਉਹ ਵੀ ਮਰੀਦ ਹੋ ਗਿਆ ਬਾਲਾ ਪ੍ਰੀਤਮ ਦਾ, ਜਿਸ ਰੂਪ ਵਿੱਚ ਭਗਵਾਨ ਦਾ ਧਿਆਨ ਧਰਦਾ ਸੀ ਉਹੀ ਦਰਸ਼ਨ ਮੇਰੇ ਬਾਲਾ ਪ੍ਰੀਤਮ ਨੂੰ ਦਿੱਤੇ। ਨੇਕ ਬਖਸ਼ਾਂ ਇਸ ਪਟਨਾ ਸਾਹਿਬ ਦੀ ਧਰਤੀ 'ਤੇ ਮੇਰੀ ਦਸਵੇਂ ਪਾਤਸ਼ਾਹ ਨੇ ਕੀਤੀਆਂ, ਅਤੇ ਜਦੋਂ ਫਿਰ ਨੌਵੇਂ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ ਉਸ ਵੇਲੇ ਪਟਨਾ ਸਾਹਿਬ ਤੋਂ ਫਿਰ ਅਨੰਦਪੁਰ ਸਾਹਿਬ ਨੂੰ ਚੱਲੇ। ਉਹਨਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ ਜਿਨ੍ਹਾਂ ਨੇ 14 ਧਰਮ ਯੁੱਧ ਕੀਤੇ ਨੇ, ਜਿਨ੍ਹਾਂ ਨੇ ਸਰਬੰਸ ਸੰਸਾਰ ਦੇ ਭਲੇ ਵਾਸਤੇ, ਦੇਸ਼ ਕੌਮ ਧਰਮ ਵਾਸਤੇ ਪਿਆਰੇ ਉਬਾਰੇ ਆ, ਅਤੇ ਦੁਨੀਆਂ ਦੇ ਅੰਦਰ ਗੁਰਸਿੱਖ ਨੂੰ ਮਾਣ ਬਖਸ਼ਿਆ, ਜਿਹੜਾ ਸਾਰੇ ਸੰਸਾਰ 'ਚ ਕਿਤੇ ਵੀ ਜਾਵੇ ਮਾਣ ਨਾਲ ਕਹਿ ਸਕਦਾ ਕਿ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਅਤੇ ਮੇਰੀ ਮਾਤਾ ਸਾਹਿਬ ਕੌਰ, ਇਹ ਬਖਸ਼ਾਂ ਸਾਡੇ 'ਤੇ ਕੀਤੀਆਂ ਨੇ। ਸ਼ਬਦ ਗੁਰੂ ਗ੍ਰੰਥ ਸਾਹਿਬ 'ਤੇ ਲੜ ਲਾਇਆ। ਆਓ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਕੱਲ੍ਹ ਨੂੰ ਜੋ ਸਤਿਗੁਰ ਕਿਰਪਾ ਕਰਨਗੇ ਬਖਸ਼ਿਸ਼ ਕਰਨਗੇ ਉਹ ਬੇਨਤੀ ਕੀਤੀ ਜਾਏਗੀ। ਸਾਰੀਆਂ ਸੰਗਤ ਨੇ ਆਪ ਅਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨੀ ਹੈ। ਇਸ ਸਥਾਨ ਦੀ ਸੇਵਾ ਬਹੁਤ ਹੀ ਸਤਿਕਾਰ ਜੋ ਸ਼੍ਰੀ ਮਾਨ ਸਿੰਧ ਬਾਬਾ ਭਜਨ ਸਿੰਘ ਜੀ ਪਿਆਰੇ ਮਹਾਂਪੁਰਖ, ਉਹਨਾਂ ਵੱਲੋਂ ਇੱਕ ਨਹੀਂ ਅਨੇਕਾਂ ਗੁਰਦੁਆਰਾ ਸਾਹਿਬ ਦੀ ਸੇਵਾ, ਜਿਵੇਂ ਉਹਨਾਂ ਤੋਂ ਪਹਿਲਾਂ ਸ਼੍ਰੀ ਮਾਨ ਸਿੰਧ ਬਾਬਾ ਹਰਬੰਸ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਅਤੇ ਹੁਣ ਸਿੰਧ ਬਾਬਾ ਭਜਨ ਸਿੰਘ ਜੀ ਮਹਾਂਪੁਰਸ਼ ਹਨ, ਅਤੇ ਅੱਡ ਅੱਡ ਸਟੇਟਾਂ ਵਿੱਚ ਗੁਰਦੁਆਰਾ ਸਾਹਿਬ ਦੀ ਜਿੱਥੇ ਸੇਵਾ, ਇਸ ਸਥਾਨ ਦੀ ਵੀ ਸੇਵਾ ਉਹਨਾਂ ਵੱਲੋਂ ਬਾਬਾ ਗੁਰਜਨ ਸਿੰਘ, ਬਾਬਾ ਸਾਹਿਬ ਸਿੰਘ, ਬਾਬਾ ਲੱਖਾ ਸਿੰਘ ਆਦਿ ਸਾਰੇ ਕਰ ਰਹੇ ਨੇ, ਅਤੇ ਬਾਬਾ ਗੁਰਜਰ ਸਿੰਘ ਜੀ ਵੀ ਆ ਗਏ ਨੇ, ਕਹਿੰਦੇ ਅਸੀਂ ਜ਼ਰੂਰ ਪਹੁੰਚਾਂਗੇ। ਨਾਨਕਪੁਰੀ ਟਾਂਡਾ ਸਾਹਿਬ ਦੇ ਸਥਾਨ ਦੀ ਬੜੀ ਸੇਵਾ ਕਰਾ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਬਾਬਾ ਕਾਲਾ ਸਿੰਘ ਜੀ ਜੋ ਕਿ ਉਸ ਪਾਵਨ ਸਥਾਨ ਦੀ ਗੁਰਦੁਆਰਾ ਕਰਿਆਲਾ ਘਾਟ ਗੁਰਦੁਆਰਾ ਸਾਹਿਬ ਦੀ ਸੇਵਾ ਕਰਾ ਰਹੇ ਨੇ, ਹੋਰ ਵੀ ਜਿੰਨੇ ਮਹਾਂਪੁਰਖ ਆਏ ਨੇ, ਦਾਸ ਸਭ ਨੂੰ ਸੀਸ ਝੁਕਾਉਂਦਾ, ਆਪ ਗੁਰੂ ਪਿਆਰੀ ਸੰਗਤ ਨੂੰ ਸੀਸ ਝੁਕਾਉਂਦਾ, ਅਤੇ ਆ ਤੁਹਾਡੇ ਬੱਚਿਆਂ ਵਾਸਤੇ ਸਕੂਲ ਸਭ ਕੁਛ, ਕਿਉਂਕਿ ਮਹਾਂਪੁਰਖ ਜੋ ਵੀ ਗੁਰਦੁਆਰਾ ਸਾਹਿਬ ਬਣਦਾ, ਦੀਵਾਨ ਹਾਲ ਬਣਦਾ, ਤਾਂ ਸਕੂਲ ਕਾਲਜ ਬਣਦੇ, ਤਾਂ ਇਹ ਤੁਹਾਡੇ ਭਲੇ ਵਾਸਤੇ ਆਪਾਂ ਵੱਧ ਤੋਂ ਵੱਧ ਜਿਹੜਾ ਹੈ ਉਹ ਸਹਿਯੋਗ ਦੇਣਾ। ਦੂਸਰੀ ਬੇਨਤੀ ਕਿ ਕਿਸਾਨ ਮਜ਼ਦੂਰ ਸੰਘਰਸ਼ ਜਿਹੜਾ ਚੱਲ ਰਿਹਾ ਦਿੱਲੀ, ਬਹੁਤ ਸਾਰੇ ਮਹਾਂਪੁਰਖ ਉੱਥੇ ਲੰਗਰ ਕਾਰਸ਼ਾਲੇ ਮਹਾਂਪੁਰਖਾਂ ਵੱਲੋਂ ਵੀ ਸਿੰਘੂ ਬਾਰਡਰ 'ਤੇ ਵੀ, ਗਾਜੀਪੁਰ ਬਾਰਡਰ 'ਤੇ ਵੀ, ਹੋਰ ਜਗ੍ਹਾ ਵੀ ਲੰਗਰ ਲਾਇਆ, ਹੋਰ ਵੀ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਵੱਲੋਂ, ਹੋਰ ਵੀ ਕਈ ਮਹਾਂਪੁਰਸ਼ਾਂ ਵੱਲੋਂ। ਉੱਥੇ ਕੁਦਰਤ ਵਰਤ ਰਹੀ ਹੈ, ਗੁਰੂ ਪਰਮੇਸ਼ਰ ਦੀ ਕਿਰਪਾ ਹੈ। ਜਿਹੜੇ ਗਏ ਨੇ ਨਾ ਆਪਾਂ ਦੱਸ ਨਹੀਂ ਸਕਦੇ ਜਿਨ੍ਹਾਂ ਦੇਖਿਆ ਹੈ, ਕਿਉਂਕਿ ਦਾਸ ਗਿਆ ਉੱਥੇ, ਅਤੇ ਸਭ ਆਪਸ ਵਿੱਚ ਪਿਆਰ ਦੇ ਨਾਲ, ਕੇਵਲ ਪੰਜਾਬ ਹਰਿਆਣਾ ਨਹੀਂ ਇਕੱਠੇ ਹੋਏ, ਸਾਰੇ ਇਕੱਠੇ ਜਿਵੇਂ ਇੱਕ ਮਾਤਾ ਪਿਤਾ ਦੇ ਬੱਚੇ ਹੁੰਦੇ, ਇਹ ਵੱਡੀ ਜਿੱਤ ਹੋ ਗਈ ਹੈ। ਏਕਤਾ, ਸ਼ਾਂਤੀ, ਦੁਨੀਆਂ ਦੇ ਵਿੱਚ ਪਿਆਰਿਓ ਬੜੇ ਬੜੇ ਸੰਘਰਸ਼ ਅਮਰੀਕਾ 'ਚ ਹੋਇਆ ਸੀ ਨਾ, ਅਤੇ ਉਹਨਾਂ ਕਿਤੇ ਅੱਗਾਂ ਲਾ ਦਿੱਤੀਆਂ, ਕਿਤੇ ਕੁਛ ਕਰਦੇ ਅਤੇ, ਲੇਕਿਨ ਇਸ ਸੰਘਰਸ਼ ਦੇ ਸਾਹਮਣੇ ਸਾਰੇ ਫੇਲ ਹੋ ਗਏ। ਇੱਕ ਗੁਰੂ ਦੀ ਕਿਰਪਾ ਵਰਤ ਰਹੀ ਉੱਥੇ ਪਿਆਰਿਓ, ਅਤੇ ਜਿਹੜੇ ਕਹਿੰਦੇ ਇਹਨਾਂ ਹਫ਼ਤੇ ਦਾ ਭੋਜਨ ਨਹੀਂ ਉੱਥੇ, ਤਾਂ ਪਿਆਰਿਓ ਇੰਨੇ ਪਦਾਰਥ ਆ ਰਹੇ ਨੇ ਤੁਸੀਂ ਗਿਣ ਵੀ ਨਹੀਂ ਸਕਦੇ, ਇੰਨੇ ਆ ਰਹੇ। ਅਤੇ ਜਿਹੜੇ ਕਹਿੰਦੇ ਸੀ ਇਹਨਾਂ ਨੇ ਫਿਚੇ ਚਲੇ ਜਾਣਾ, ਉੱਥੇ ਵੱਧਦੇ ਜਾ ਰਹੇ ਸਾਡੇ ਸਾਰੇ ਜਗ੍ਹਾ। ਅਤੇ ਰਤਵਾੜਾ ਸਾਹਿਬ ਵੱਲੋਂ ਪਹਿਲਾਂ 2 ਐਂਬੂਲੈਂਸ, ਦਵਾਈਆਂ ਅਤੇ ਡਾਕਟਰ ਉਹ ਸੇਵਾ ਕਰਦੇ ਰਹੇ, ਕੋਈ ਝਾੜੂ ਦੀ ਸੇਵਾ ਸਿੰਘ ਕਰਦੇ ਰਹੇ, ਫਿਰ ਸਿੰਧ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਅਤੇ ਸਿੰਧ ਬਾਬਾ ਕਸ਼ਮੀਰਾ ਸਿੰਘ ਜੀ ਲੋਰਾਂ ਵਾਲੇ, ਅਤੇ ਇੱਧਰ ਰਤਵਾੜਾ ਸਾਹਿਬ ਫਿਰ ਇਕੱਠੇ ਹੋ ਗਏ। ਫਿਰ ਵਿਚਾਰ ਹੋਈ ਵੀ ਕਿਹੜੀ ਚੀਜ਼ ਦੀ ਲੋੜ ਹੈ, ਤਾਂ ਸਰਵੇ ਕਰਕੇ ਕਿ ਡਿਸਪੋਜਲ ਥਾਲੀਆਂ, ਗਲਾਸ ਆਦਿ ਚਾਹੀਦੇ ਨੇ, ਅਤੇ 490,000 ਡਿਸਪੋਜਲ ਥਾਲੀਆਂ ਅਤੇ ਗਲਾਸ ਜਿਹੜੇ ਆ ਉਹ ਸਾਰੇ, ਕਿਉਂਕਿ ਸਾਰੇ ਹੀ ਆਪਣੇ ਨੇ, ਜਿੱਥੇ ਜਿੱਥੇ ਲੰਗਰ ਚੱਲਦੇ ਆ ਕਿਤੇ 2,000, ਕਿਤੇ 5,000, ਕਿਤੇ 10,000, ਇਸ ਤਰ੍ਹਾਂ ਕਰਕੇ ਦਿੱਤੇ ਗਏ।
ਤੇ ਹੁਣ ਫਿਰ ਰਸਤਾਂ ਇਕੱਠੀਆਂ ਹੋ ਰਹੀਆਂ ਨੇ ਅਤੇ ਉਹਦੇ ਵਿੱਚ ਜਿਵੇਂ ਆਟਾ ਚਾਵਲ ਦਾਲ ਆਲੂ ਪਿਆਜ਼ ਘਿਓ ਅਤੇ ਇਸ ਤਰ੍ਹਾਂ ਤੇਲ ਇਹ ਚੀਜ਼ਾਂ ਜਿਹੜੀਆਂ ਨੇ ਕੰਬਲ ਇਹ ਉੱਥੇ ਇਕੱਠੇ ਹੋ ਰਹੇ ਨੇ ਤਿੰਨ ਜਗ੍ਹਾ ਰਤਵਾੜਾ ਸਾਹਿਬ ਵੀ ਅਲੌਰਾ ਸਥਾਨ 'ਤੇ ਵੀ ਅੰਧਾਰੇ ਮਹਾਂਪੁਰਸ਼ਾਂ ਕੋਲ ਵੀ ਅਤੇ ਉਹ ਪਰਸੋਂ 6 ਤਰੀਕ ਨੂੰ ਉਹਨਾਂ ਨੇ ਗੱਡੀਆਂ ਲੋਡ ਕਰਨੀਆਂ ਟਰੱਕ ਅਤੇ ਸਿੰਘੂ ਬਾਰਡਰਾਂ 'ਚ ਸਿੰਘ ਗਏ ਨੇ ਸਰਵੇ ਕਰਨ ਅਤੇ ਇਹ ਜਿਹੜੀਆਂ ਰਸਤਾ ਹਨ ਮੈਂ ਬਾਬਾ ਗੁਰਜਨ ਸਿੰਘ ਜੀ ਨਾਲ ਫੋਨ 'ਤੇ ਗੱਲ ਕੀਤੀ ਸੀ ਕਹਿੰਦੇ ਵੀ ਆਟੇ ਦੀ ਤਾਂ ਬਹੁਤੀ ਲੋੜ ਨਹੀਂ ਹੋਰ ਰਸਤਾ ਉੱਥੇ ਗਾਜ਼ੀਪੁਰ ਵੀ ਰਤਵਾੜਾ ਸਾਹਿਬ ਲਵਾਏਗਾ ਰਤਵਾੜਾ ਸਾਹਿਬ ਸਾਰਾ ਅਤੇ ਸਿੰਘੂ ਬਾਰਡਰ 'ਤੇ ਵੀ ਅਤੇ ਟਿਕਰੀ ਬਾਰਡਰ 'ਤੇ ਵੀ ਇਹ ਰਸਤਾ ਜਿਹੜੀਆਂ ਹਨ ਇਹ ਉੱਥੇ ਪਹੁੰਚਣਗੀਆਂ ਉਹਦੇ ਨਾਲ ਨਾਲ ਹੀ ਫਿਰ ਚੱਲ ਰਿਹਾ ਕਿ ਮੇਰਾ ਖਿਆਲ ਅੱਜ ਐਂਬੂਲੈਂਸ ਫਿਰ ਆ ਗਈ ਹੈ ਅਤੇ ਦਵਾਈਆਂ ਦਾ ਵੀ ਅਤੇ ਉਹ ਹੁਣ ਇਹ ਸੀ ਵੀ ਅੱਜ 4 ਤਰੀਕ ਹੈ ਅਸੀਂ ਤਾਂ ਕਹਿੰਦਾ ਵੀ ਜਲਦੀ ਭਾਈ ਸਰਕਾਰ ਫੈਸਲਾ ਕਰੇ ਸਾਰੀਆਂ ਸੰਗਤਾਂ ਸ਼ਾਂਤੀ ਸੁੱਖ ਸ਼ਾਂਤ ਨਾਲ ਆਪਣੇ ਘਰ ਜਾਣ ਪਰ ਇਹ ਹੈ ਵੀ ਵਾਹਿਗੁਰੂ ਜਾਣੇ ਕਿਵੇਂ ਹੈ ਅਤੇ ਉੱਥੇ ਹੁਣ ਜਿਵੇਂ ਆਨੰਦਗੜ੍ਹ ਸਾਹਿਬ ਵਾਲੇ ਜਿਹੜੇ ਅਨੰਦਪੁਰ ਸਾਹਿਬ ਨੇ ਆਨੰਦਗੜ੍ਹ ਕਿਲ੍ਹੇ ਵਾਲੇ ਉਹਨਾਂ ਨੇ ਵੀ ਸ਼ੈੱਡ ਪਾਇਆ ਅਤੇ ਅੱਜ ਆਪਣੇ ਸਿੰਘ ਜਿਹੜੇ ਠੇਕੇਦਾਰ ਨਾਲ ਗੱਲ ਕਰਕੇ ਉੱਥੇ ਸ਼ੈੱਡ ਦੀ ਤਿਆਰੀ ਕਰ ਰਹੇ ਆ ਵੀ ਪਤਾ ਨਹੀਂ ਕਿੰਨਾ ਚਿਰ ਚੱਲਣਾ ਅਤੇ ਪੱਕਾ ਹੀ ਕੰਮ ਕਰੋ ਹੈ ਅਤੇ ਉੱਥੇ ਇਹ ਵੀ ਤਿਆਰੀਆਂ ਉਹਨੂੰ ਕਹਿੰਦੇ ਜਗ੍ਹਾ ਅਸੀਂ ਦੇਖ ਲਈ ਹੈ ਠੇਕੇਦਾਰ ਨਾਲ ਗੱਲ ਵੀ ਕਰ ਲਈ ਹੈ ਅਤੇ ਪੱਕਾ ਹੀ ਸ਼ੈੱਡ ਪਾ ਦੇਣਾ ਰਸਤਾ ਆਈ ਜਾਣੀ ਜੋ ਆਏਗਾ ਉਹ ਵੰਡੀ ਜਾਵਾਂਗੇ ਅਤੇ ਇਸ ਤਰ੍ਹਾਂ ਸੋ ਉਹਦੇ ਵਾਸਤੇ ਇਹ ਜਿਹੜਾ ਸੰਘਰਸ਼ ਹੈ ਪਿਆਰਿਓ ਇਹਦੇ ਵਾਸਤੇ ਅਰਦਾਸ ਕਰਨੀ ਹੈ ਅਤੇ ਸਾਡੀ ਸੈਂਟਰ ਸਰਕਾਰ ਨੂੰ ਵੀ ਬੇਨਤੀ ਉੱਥੇ ਵੀ ਮੈਂ ਕਰ ਗਿਆ ਕਿ ਦੇਖੋ ਇਹ ਤੁਹਾਡੀ ਜਨਤਾ ਕਿੰਨੇ ਚੜ੍ਹਾਈ ਕਰ ਗਏ ਨੇ ਕਰੀਬ ਮੇਰਾ ਖਿਆਲ 57-58 ਚੜ੍ਹਾਈ ਕਰ ਗਏ ਜਾਂ 60 ਦਿਨ ਭਾਈ ਕਿਸੇ ਦਾ ਪਿਤਾ ਕਿਸੇ ਦਾ ਭਰਾ ਕਿਸੇ ਦਾ ਪੁੱਤਰ ਚੜ੍ਹਾਈ ਕੀਤਾ ਇਹ ਵਿਹਲੇ ਨਹੀਂ ਆਪਾਂ ਕਿਸਾਨੀ ਕਰਦੇ ਹਾਂ ਆਪਾਂ ਨੂੰ ਪਤਾ ਇੱਕ ਮਿੰਟ ਦਾ ਵਿਹਲ ਨਹੀਂ ਹੁੰਦਾ ਪਰ ਪਰਿਵਾਰਾਂ ਦੇ ਪਰਿਵਾਰ ਬੈਠੇ ਹੈ ਠੰਡ ਦੀ ਕੋਈ ਪਰਵਾਹ ਨਹੀਂ ਬਾਰਿਸ਼ ਹੈ ਕਹਿੰਦੇ ਕੋਈ ਪਰਵਾਹ ਨਹੀਂ ਅਤੇ ਪਿਆਰਿਓ ਇਹ ਜਨਤਾ ਦੀ ਆਵਾਜ਼ ਕਿਸਾਨਾਂ ਦੀ ਆਵਾਜ਼ ਸਾਰੇ ਹਿੰਦੁਸਤਾਨ ਦੇ ਕਿਸਾਨ ਇਕੱਠੇ ਰਹੇ ਉਹਨਾਂ ਦੀ ਆਵਾਜ਼ ਸੈਂਟਰ ਸਰਕਾਰ ਨੂੰ ਸੁਣਨੀ ਚਾਹੀਦੀ ਹੈ ਮੰਨਣਾ ਚਾਹੀਦਾ ਹੁਣ ਇੱਕ ਪਾਸੇ ਕਹਿੰਦੇ ਕਾਨੂੰਨ ਬੜੇ ਚੰਗੇ ਕਿਸਾਨਾਂ ਦੇ ਹੱਕ ਵਿੱਚ ਹੈ ਉਹ ਐਂ ਦੱਸੋ ਵੀ ਕਿਸੇ ਨੂੰ ਸ਼ੂਗਰ ਹੋਵੇ ਉਹਨੂੰ ਮਿੱਠਾ ਧੱਕੇ ਨਾ ਦਿਓ ਉਹ ਆਖੇ ਮੈਨੂੰ ਸ਼ੂਗਰ ਲੈ ਤੈਨੂੰ ਮਿੱਠਾ ਖਵਾਉਂਦੇ ਹਾਂ ਤੈਨੂੰ ਅਸੀਂ ਕੋਈ ਜ਼ਹਿਰ ਥੋੜ੍ਹਾ ਖਵਾਉਣ ਦੇ ਉਹਨੂੰ ਤਾਂ ਪਤਾ ਮੇਰੇ ਵਾਸਤੇ ਜ਼ਹਿਰ ਹੈ ਮਿੱਠੇ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਕਿਉਂ ਨਹੀਂ ਮੰਨਦੇ ਕਿਉਂ ਨਹੀਂ ਸੁਣਦੇ ਇਸ ਕਰਕੇ ਆਵਾਜ਼ ਸੁਣਨੀ ਚਾਹੀਦੀ ਇਸ ਦੇਸ਼ ਹੈ ਸਾਡਾ ਔਰ ਇਸ ਦੇਸ਼ ਨੂੰ ਮਾਣ ਹੈ ਸੈਂਟਰ ਸਰਕਾਰਾਂ ਭਾਵ ਸਭ ਵੋਟਾਂ ਨਾਲ ਬਣਦੇ ਆ ਇਸ ਕਰਕੇ ਕਿਸਾਨ ਇੱਕ ਸਟੇਟ ਦੇ ਨਹੀਂ ਸਾਰੇ ਹਿੰਦੁਸਤਾਨ ਦੇ ਕਿਸਾਨ ਉੱਥੇ ਇਕੱਠੇ ਹੋ ਰਹੇ ਨੇ ਅਤੇ ਇਹ ਅਰਦਾਸ ਹੈ ਸੁੱਖ ਸ਼ਾਂਤੀ ਰਹੇ ਪਿਆਰਿਓ ਹਰ ਹੀਲਾ ਵਰਤਿਆ ਜਾ ਰਿਹਾ ਤਰ੍ਹਾਂ ਤਰ੍ਹਾਂ ਦਾ ਪਰ ਉੱਥੇ ਕੁਦਰਤ ਵਰਤ ਰਹੀ ਗੁਰੂ ਦੀ ਕਿਰਪਾ ਹੋ ਰਹੀ ਹੈ ਅਤੇ ਪਦਾਰਥ ਹਰ ਕਿਸੇ ਚੀਜ਼ ਦੀ ਘਾਟ ਹੀ ਨਹੀਂ ਕਿ ਹੈਰਾਨ ਵੀ ਆਹ ਕਿੱਥੋਂ ਰਿਹਾ ਤੋੜ ਨਾ ਆਵੇ ਵੱਧ ਹੋ ਜਾਏ ਔਰ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਦਾਸ ਨੇ ਜਾ ਕੇ ਦੇਖਿਆ ਅਤੇ ਕਿਵੇਂ ਹੈ ਜਿਹੜਾ ਜਾਂਦਾ ਨਾ ਘਰ ਨੂੰ ਉਹ ਫਿਰ ਆਉਂਦਾ ਮੈਂ ਛੇਤੀ ਵਾਪਸ ਜਾਣਾ ਲੈ ਉਹਦਾ ਦਿਲ ਹੀ ਲੱਗਣ ਰਿਹਾ ਤਾਂ ਉੱਥੇ ਪਿਆਰ ਇੰਨਾ ਹੈ ਚਾਹੇ ਕੋਈ ਵੀ ਹੈ ਤੁਸੀਂ ਹੈਰਾਨ ਹੋ ਜਾਓਗੇ ਹਿੰਦੂ ਵੀਰ ਬ੍ਰਾਹਮਣ ਕੀ ਦੂਜੇ ਕੀ ਉਹ ਵੀ ਸਭ ਨਾਲ ਆ ਰਹੇ ਆ ਦੂਜੇ ਵੀ ਆ ਰਹੇ ਹੈ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਏਕ ਪਿਤਾ ਏਸ ਕੇ ਹਾਂ ਬਾਰਕ ਤੂੰ ਮੇਰਾ ਗੁਰਹਾਈ ਅੱਲਾ ਅੱਲਾ ਕਰਨ ਵਾਲੇ ਵਾਹਿਗੁਰੂ ਕਰਨ ਵਾਲੇ ਰਾਮ ਰਾਮ ਕਰਨ ਵਾਲੇ ਸਾਰੇ ਇਕੱਠੇ ਉੱਥੇ ਪਿਆਰ ਹੀ ਐਸੀ ਲਹਿਰੀ ਲਹਿਰ ਬਣੀ ਹੋਈ ਹੈ ਅਤੇ ਇਸ ਕਰਕੇ ਭਾਈ ਸਾਡੀ ਤਾਂ ਰਿਕੁਐਸਟ ਹੈ ਸੈਂਟਰ ਸਰਕਾਰ ਨੂੰ ਕਿ ਜਿੱਥੇ ਅਸੀਂ ਕਹਿੰਦੇ ਹਾਂ ਵੀ ਅਸੀਂ ਕਿਸਾਨਾਂ ਦਾ ਸਾਥ ਦੇਣਾ ਨਹੀਂ ਸਾਥ ਨਹੀਂ ਸਾਡਾ ਆਪਣਾ ਫਰਜ਼ ਬਣਦਾ ਵੀ ਸਾਥ ਕੀ ਹੈ ਸਾਥ ਇੱਕ ਦੂਜੇ ਦਾ ਦੇਈਦਾ ਇਹ ਤਾਂ ਸਾਡੇ ਆਪਣੇ ਫਰਜ਼ ਬਣਦੇ ਅਤੇ ਕਿੰਨਿਆਂ ਮਹਾਂਪੁਰਸ਼ਾਂ ਨੇ ਉੱਥੇ ਲੰਗਰਾਂ ਸੇਵਾ ਹੋਰ ਸੇਵਾ ਸਭ ਚੜ੍ਹਦੀ ਕਲਾ ਵਿੱਚ ਪਿਆਰੇ ਜਥੇਬੰਦੀਆਂ ਨੇ ਸਭ ਚੜ੍ਹਦੀ ਕਲਾ 'ਚ ਹੋ ਰਿਹਾ ਤੁਹਾਨੂੰ ਵੀ ਬੇਨਤੀ ਹੈ ਸਭ ਨੇ ਭਾਈ ਸਾਥ ਦੇਣਾ ਸ਼ਾਂਤੀ ਰੱਖਣੀ ਹੈ ਮੂੰਹ ਤੋਂ ਕਿਸੇ ਨੂੰ ਫਿੱਕਾ ਮਾੜਾ ਬੋਲ ਨਹੀਂ ਬੋਲਣਾ ਉਹਦੇ ਨਾਲ ਕੋਈ ਐ ਨਹੀਂ ਗੱਲ ਹੁੰਦੀ ਕਦੇ ਵੀ ਕਿਸੇ ਨੂੰ ਫਿੱਕਾ ਬੋਲ ਬੋਲ ਕੇ ਨਾ ਚੜਾਓ ਕਰੋ ਨਾ ਸ਼ਾਂਤੀ ਰੱਖੋ ਸ਼ਾਂਤੀ ਦੇ ਵਿੱਚ ਜਿਹੜੀ ਹੈ ਇਹ ਜਿੱਤ ਹੈ ਪਿਆਰੋ ਅਤੇ ਇਹ ਪ੍ਰਾਪਤੀਆਂ ਬੜੀਆਂ ਹੋ ਗਈਆਂ ਨੇ ਥੋੜ੍ਹੀ ਪ੍ਰਾਪਤੀ ਰਹਿੰਦੀ ਕਿਵੇਂ ਵੱਡੀ ਪ੍ਰਾਪਤੀ ਏਕਤਾ ਹੋ ਗਈ ਸਭ ਦਾ ਪਿਆਰ ਆਪਸ ਗਿਲੇ ਸ਼ਿਕਵੇ ਦੂਰ ਹੋ ਗਏ ਅਤੇ ਆਹ ਜਿਹੜੇ ਗਾਉਣ ਵਾਲੇ ਸੀ ਨਾ ਲੱਚਰ ਗਾਉਣ ਗਾਉਣ ਵਾਲੇ ਲੈ
ਉਹ ਹੁਣ ਸਭ ਤੋਂ ਜ਼ਿਆਦਾ ਦੂਜੇ ਗਾਉਣ ਕਿਸਾਨਾਂ ਦੇ ਗਾ ਗਾ ਲਿਆ, ਉਹਨਾਂ ਨੂੰ ਬਦਲ ਕੇ ਰੱਖ ਦਿੱਤਾ ਨਾ ਕਿਸਾਨਾਂ ਨੂੰ। ਪਹਿਲਾਂ ਉਹ ਗਾਉਣ ਗਾਉਂਦੇ ਸੀ ਜਿਹੜੇ ਕਿਤੇ ਧੀਆਂ ਭੈਣਾਂ 'ਚ ਸੁਣਨੀ ਸੀ ਕੋਈ ਸਰ, ਹੈਂ, ਅਤੇ ਲਿਖ ਉਹਨਾਂ ਨੂੰ ਬਦਲ ਕੇ ਰੱਖ ਦਿੱਤਾ। ਨੌਜਵਾਨਾਂ ਦਾ ਉਹਨਾਂ ਦਾ ਖਿਆਲ ਬਦਲ ਕੇ ਪਿਆ ਰਿਹਾ, ਨੌਜਵਾਨਾਂ ਦੇ ਜਿਹੜੇ ਨੌਜਵਾਨ ਨੇ ਉਹ ਵੀ ਬਦਲ ਗਏ। ਬੜਾ ਕੁਛ ਪ੍ਰਾਪਤ ਹੋਇਆ ਜੇ, ਜਿਹੜੇ ਕਿਤੇ ਪੰਜਾਬ ਨੂੰ ਕਹਿੰਦੇ ਨਸ਼ੇੜੀ ਪੰਜਾਬ ਹੈ, ਦੱਸ ਦਿੱਤਾ ਉਹਨਾਂ ਨੇ ਵੀ ਨਸ਼ੇੜੀ ਪੰਜਾਬ ਨਹੀਂ, ਇਹ ਤਾਂ ਗੁਰੂ ਦੀ ਕਿਰਪਾ ਹੈ ਇਹਨਾਂ 'ਤੇ। ਇਸ ਕਰਕੇ ਪ੍ਰਾਪਤੀਆਂ ਬਹੁਤ ਹੋਈਆਂ ਨੇ, ਇਹ ਨਹੀਂ ਵੀ ਨਹੀਂ। ਅਤੇ ਆਹ ਵੀ ਹੈ ਵੀ ਉੱਥੇ ਬੈਠ ਕੇ ਜਿਹੜਾ ਮਸਲਾ ਹੈ ਹੱਲ ਹੋ ਜਾਵੇ ਅਤੇ ਸੁੱਖ ਸ਼ਾਂਤੀ ਨਾਲ ਸਾਰੀਆਂ ਸੰਗਤਾਂ ਵਾਪਸ ਜਾਣ ਅਤੇ ਇਹ ਜਿਹੜਾ ਦੇਸ਼ ਹੈ ਪਿਆਰਿਓ, ਇਹ ਦੇਸ਼ ਵਿੱਚ ਸ਼ਾਂਤੀ ਰਹੇ, ਸਾਡੀ ਇਹ ਅਰਦਾਸ ਹੈ। ਆਓ ਹੁਣ ਸਾਰੇ ਨਾਲ ਸੱਚ ਬੋਲੋ, ਹੋਈਆਂ ਬਿੰਦ ਪੁਲਾਂ ਦੀ ਆਪ ਜੀ ਨੇ ਖਿਮਾ ਕਰਨੀ। ਕੋਟਨ ਕੋਟ ਵਾਰ ਗੁਰੂ ਗ੍ਰੰਥ ਸਾਹਿਬ ਨਮਸਕਾਰ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਨਹੀਂ ਮਾਇ ਸਤਿਗੁਰ ਸਗਲ ਮਨੋਰਥ ਪੂਰੇ ਉਤਰੇ ਸੋਹਣੀ ਸੱਚੀ ਬਾਣੀ ਸੰਤੇ ਪੁਨੀਤ ਕਾ ਦੇਵ ਸਤਿਗੁਰਿਆ ਪਰਪੂਰੇ ਬਾਣੀ ਪਿਤਾ ਮਾਤਾ ਧਰਮਨਾਥ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰ ਰਾਇ ਸਾਹਿਬ ਜੀ, ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ
वाहिगुरु वाहिगुरु बोल प्यारिया तेरा सिंगड़ा लगेगा बोल प्यारिया वाहिगुरु वाहिगुरु बोल प्यारिया तेरा प्यारा लगेगा बोल प्यारिया वाहिगुरु वाहिगुरु बोल वाहे गुरु वाहे गुरु वाहे